ਕੁਛ ਕਹੇ ਤਾਂ ਮੈਨੂੰ ਦੱਸ ਦੀ ਚੰਗਾ ਆ ਤੇ ਭਾਈ ਦਾ ਕੁਛ ਲੈ 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 ਕੇ ਖਾ ਲਈ ਤੈਨੂੰ ਚੰਗਾ ਵੀ ਪੀਏ ਹਟ ਤੇਰੀ ਦਿਮਾਗ ਖਾ ਰਿਹਾ ਮੈਂ ਕਦੋਂ ਦਾ ਚੁੱਪ ਚੁੱਪ ਬੋਲੀ ਜਾਂਦਾ ਯਾਰ ਜੀਜਾ ਹਾਂ ਚਲੋ ਕਿੱਥੇ ਜਾਣਾ ਹੈ ਖਰਗੋਸ਼ ਕੋਲੇ ਚੱਲਾਂਗੇ ਹੈ ਖਰਗੋਸ਼ ਭਾਬੀ ਲਵੇ ਕੀ ਕਰਾਂਗੇ ਰਹਿਣ ਦੇ ਲੈ ਹੁਣ ਕੋਣ ਰਹਿਣ ਦੇ ਹੁਣ ਆ ਤੁਜੀ ਪਾਤੀ ਤਾਂ ਚੱਲਾਂਗੇ ਆਪਾਂ ਤਾਂ ਕਿੱਥੋਂ ਭਗ ਜਾਏਗੇ ਕੰਜਰ ਦੇ ਆਪਾਂ चलिए मेरा भी जी करदा जान नू कंजर दे हुण आ जान देणगे फेर है घरे कुत्त कलेश करनगे इहनां नू की दसणा गा आपां चोरियों भग जांदे आ फिर भी लखारी है कोई लखारिया दे वध दिमाग काम करदा हुंदा कोई जी स्कीम ला ਵੀ ਜਿਹੜਾ ਆਪਾਂ ਮਿਲ ਵੀ ਆਈਏ ਪਤਾ ਵੀ ਨਹੀਂ ਲੱਗੇ ਹੈਂ ਸੱਪ ਵੀ ਮਰ ਜੇ ਸੋਟੀ ਵੀ ਰਹਿ ਜੇ ਦੋ ਮਿੰਟ ਹੈਂ ਦੋ ਮਿੰਟ ਲੈ ਲੈ ਇੱਧਰ ਕੀ ਦੇਖੀ ਜਾਂਦਾ ਹੈਂ ਇੱਧਰ ਕੀ ਦੇਖੀ ਜਾਂਦਾ ਉਹ ਤਾਂ ਮੈਂ ਉਹ ਟੂਟੀ ਜੀ ਜੋ ਪਾਣੀ ਜਾਂ ਨਿਕਲਦਾ ਚਿਵੀ ਜਾਂਦੀ ਉਹ ਦੇਖ ਮੈਂ ਕੰਜਰ ਦਾ ਤੈਨੂੰ ਕੋਈ ਸਕੀਮ ਲਾਉਣ ਵਾਸਤੇ ਕਿਹਾ ਤੂੰ ਇੱਧਰ ਟੂਟੀ ਦੇਖੀ ਜਾਂਦਾ ਛੱਡ ਜਾ ਤੇ ਤੋਂ ਨਹੀਂ ਕੋਈ ਸਕੀਮ ਲਾ ਕੇ ਪਾਇਆ ਤੇ ਖਤਮ ਨੂੰ ਆੜਦਾ ਨਹੀਂ ਮੈਂ ਕਰਦਾ ਗੱਲ ਮੈਂ ਲਾਉਣਾ ਕੁਝ ਗਾੜਾ ਉਹ ਮੈਂ ਲਾਉਣਾ ਕੁਝ ਗਾੜਾ ਚੱਲੇਗਾ ਦੇਖਦਾ ਜੇ ਜਗਾੜ ਕੰਮ ਕਰੂਗਾ ਫਿਰ ਹੀ ਚੱਲਾਂਗੇ ਮੈਂ ਘਰੇ ਕਲੇਸ਼ ਕਰਾਵਾਂਗਾ ਉੱਧਰ ਤੇਰੀ ਭੈਣ ਬੈਠੀ ਹੈਗਾ ਫਿਰ ਉਹ ਕੰਜਰ ਕਲੇਸ਼ ਕਰੂੰਗੀ ਮੈਨੂੰ ਇਹ ਦੱਸ ਤੈਨੂੰ ਪੱਕਾ ਪਤਾ ਵੀ ਇਹਨੇ ਵਿਆਹ ਜਾਣਾ ਜਾ ਕੱਚਾ ਕੰਮ ਤਾਂ ਨਹੀਂ ਹੈਗਾ ਦਵਾਈ ਲਊਂਗੀ ਮੈਂ ਕਿ ਸ਼ਿਕਰੀ ਵੀ ਨਾ ਕਹਿੰਦੇ ਦਵਾਈ ਉਹ ਜੱਸੇ ਤੇਲ ਚ ਪਾ ਕੇ ਲਾ ਲੈ ਜੱਸੇ ਓਏ ਮੈਂ ਤੈਨੂੰ ਐਂ ਕਹਿਣਾ ਮਹਾਂ ਮੇਰਾ ਕੰਨੇ ਦਿਖਾ ਲਿਆ ਮਹਾਂ ਕੀ ਹੋ ਗਿਆ ਤੇਰੇ ਕੰਨ ਨੂੰ ਮੇਰਾ ਕੰਨ ਰਾਤ ਦਾ ਡੁੱਲੀ ਜਾਂਦਾ ਮੈਨੂੰ ਲੱਗਦਾ ਰੇਸਾ ਪੈਣ ਲੱਗ ਗਿਆ ਕੰਨ 'ਚ ਪੜਦਾ ਨਾ ਗਲ ਜੇ ਕਿਤੇ ਮੈਂ ਤਾਂ ਵਿਆਹ ਜਾ ਕੇ ਆਉਣਾ ਤੜਕੇ ਵਗ ਜਾਵਾਂਗੇ ਆਪਾਂ ਉਹ ਖੜ ਜਾ ਤੂੰ ਵਿਆਹ ਵੀ ਪਈਆ ਮੇਰੇ ਤਾਂ ਕੰਨ 'ਚ ਟਾਂਟ ਪਈ ਜਾਂਦੇ ਰਾਤ ਦੀ ਭੈਣ ਦੀ ਹੁਣ ਤੇਰੇ ਟਾਂਟ ਪੈਣ ਲੱਗ ਗਈ ਜਿੱਦੇ ਮੈਨੂੰ ਕੰਮ ਹੁੰਦਾ ਉਦੀ ਤੁਹਾਡੇ ਗੋਲਾ ਪੈਂਦਾਗਾ ਮੈਂ ਤੈਨੂੰ ਜਾਣ ਆਉਣੇ ਕਰਾਂਗਾ ਪਰ ਸਰਕਾਰੀ ਹਸਪਤਾਲ 'ਚ ਜਾਣ ਆਉਣ ਬਸ ਭਾਈ ਮੈਂ ਵਿਆਹ ਜਾਣਾ ਜ਼ਰੂਰੀ ਵਿਆਹ ਮੇਰਾ ਮੇਰੇ ਮਿੱਤਰ ਦਾ ਵਿਆਹ ਹੈਗਾ ਤੈਨੂੰ ਵਿਆਹ ਜ਼ਰੂਰੀ ਹੈ ਕਿ ਮੈਂ ਜ਼ਰੂਰੀ ਆ ਭਾਈ ਮੈਂ ਤਾਂ ਵਿਆਹ ਜ਼ਰੂਰੀ ਹੈ ਆਪਾਂ ਵਗ ਜਾਾਂਗੇ ਆਹੋ ਇਹਨੂੰ ਲੈ ਜਾ ਬੇਲੀ ਆ ਮੋਟਰਸਾਈਕਲ ਦੇ ਦੇ ਜਾ ਵਗ ਜਾ ਮੋਟਰਸਾਈਕਲ ਨਹੀਂ ਮਿਲਦਾ ਮੈਂ ਭੈਣ ਦੀ ਤੜਕੇ ਦਾ ਲੱਗਿਆਗਾ ਧੋਣੇ ਨੂੰ ਮੈਨੂੰ ਐਂ ਦੱਸ ਯਾਰ ਹੁਣ ਕੱਲਾ ਕੱਲਾ ਆਪਾਂ ਮੈਂ ਕਿੱਥੇ ਜਾਊਂਗਾ ਠੇਡੇ ਖਾਂਦਾ ਉਹ ਇਹਨੂੰ ਲੈ ਜਾ ਫਿਰ ਆ ਤੈਨੂੰ ਕਹੀ ਤਾਂ ਜਾਣਾ ਮੈਂ ਇਹਨੂੰ ਲੈ ਜਾ ਇਹਨੂੰ ਮੈਂ ਇਹਨੂੰ ਸਾਮੂਗਾ ਕਿ ਭੈਣ ਇਹ ਮੈਨੂੰ ਸਾਮੂਗਾ ਉਹ ਤੂੰ ਨੂੰ ਦਿਖਾ ਲਈ ਓਏ ਸਨਾਮ ਲੈ ਜੀ ਆਹੋ ਭਾਈ ਮੈਂ ਨਹੀਂ ਇਹਨੂੰ ਲੈ ਕੇ ਜਾਂਦਾ ਫਿਰ ਤੇਰੀ ਤੀਵੀਂ ਇਤਰਾਜ਼ ਕਰਦੀ ਹੈ ਤੀਵੀਂ ਕੀ ਹੁੰਦੀ ਆ ਓਏ ਸੂਰ ਨਾਲ ਬੋਲ ਪਿਆ ਕਰ ਪੁਰਾਣੀ ਸ਼ਰਾਬ ਪਾਲਾ ਕਰਨ ਚ ਕਿਸੇ ਤੋਂ ਲੈ ਕੇ ਹੈ ਤੇ ਜਾਂ ਕਿਸੇ ਕਹਿੰਦੇ ਹੁੰਦੇ ਵੀ ਕੁਆਰੇ ਜਵਾਕ ਦਾ ਪਸਾਬ ਕਰਨ ਚ ਪਵਾ ਲੇ ਉਹਦੇ ਨਾਲ ਵੀ ਕਹਿੰਦੇ ਬਹੁਤ ਫਰਕ ਹੈ ਕੁਮਾਰੇ ਪੱਤ ਹਾਂ ਜਵਾਕ ਰਹਿਣ ਦੇ ਓਏ ਕਈ ਵਾਰੀ ਚੱਕ ਮੇਰੀ ਲੀੜੇ ਤੇਰੇ ਚਾਦਰ ਵਾਲੇ ਪਾ ਜੂਗਾ ਜਲੂਸ ਕੱਢੇਗਾ ਉੱਥੇ ਮੇਰਾ ਤੂੰ
ਨਹੀਂ ਵਧੀਆ ਲੀੜੇ ਪਾ ਕੇ ਜਾਇਓ, ਡਾਕਟਰ ਕਹੂਗਾ ਗਲੇ ਜਿਹਾ ਭਾਈ ਨਾਲ ਤੁਰਿਆ ਫਿਰਦਾ। ਤੂੰ ਸੋਹਣੇ ਲੀੜੇ ਪਾ ਕੇ ਜਾ, ਇਹਨੂੰ ਕੀ ਆ, ਇਹ ਤਾਂ ਜਿਹੜੇ ਮਰਜ਼ੀ ਪਾ ਜੇ, ਮੇਰਾ ਪੈਂਟ ਕਮੀਜ਼ ਪਾ ਲਾ, ਮੇਰੇ ਚਾਦਰਾ ਕੱਢ ਦੇ ਭਾਈ, ਮੈਂ ਵੀ ਚਾਦਰਾ ਪਾ ਕੇ ਜਾਉਂ, ਤੂੰ ਵੀ ਵਾਲੇ ਕੱਪੜੇ ਪਾ ਕੇ ਜਾਊਂਗਾ, ਪਾ ਲਾ ਹਾਂ ਉਹ ਪਾ ਲਾ, ਭਾਈ ਨਹੀਂ ਮੈਨੂੰ, ਇਹ ਤਾਂ ਅਨਪੜਾ, ਤੂੰ ਤਾਂ ਪੜਿਆ ਲਿਖਿਆ, ਲੈ ਜਾ ਭਾਈ ਕੋਈ ਤੇਰੇ ਇਤਰਾਜ਼ ਤਾਂ ਨਹੀਂ, ਮੈਂ ਖਾਦਾ ਇਤਰਾਜ਼ ਕਰਨਾ, ਵਗ ਜਾਏਗਾ ਤੂੰ ਤੇ, ਵਗ ਜਾਊਂਗਾ, ਲੈ ਜਾ ਭਾਈ, ਚੱਲ ਹੋ ਜਾ, ਜਾ ਭਾਈ ਕਰਾ ਲਾ, ਜੇ ਤੈਨੂੰ ਡਾਕਟਰ ਨੇ ਪ੍ਰੇਸ਼ਨ ਪ੍ਰੂਸ਼ਨ ਦੱਸਤਾ ਫਿਰ ਵੀ ਮੇਰੀ ਧੀ ਫਸੂਗੀ, ਇਹੀ ਤੈਨੂੰ ਦਲਗੇ ਦੁਲਗੇ ਬਣਾ ਕੇ ਦਊਗੀ, ਤੈਨੂੰ ਇਹ ਨਾ ਵੇਖੜ ਕੇ ਭਾਈ, ਤੂੰ ਮੇਰੀ ਕੰਨ ਦਾ ਆਪਰੇਸ਼ਨ ਨਾ ਕਰਾ, ਮੈਂ ਤਾਂ ਜਾਂਦੀ ਨਹੀਂ ਹੈਗਾ, ਮਾੜਾ ਮਾੜਾ ਸੁੱਖ ਬੋਲ ਪਿਆ ਕਰੋ ਭਾਈ, ਮੈਂ ਭਾਈ ਤੈਨੂੰ ਕਿਹਾ ਸੀ ਅੱਜ ਮਾੜਾ ਮਾੜਾ ਤੈਨੂੰ ਪਿਆਰ ਨਾਲ ਬੋਲੂਗੀ ਤੇ ਤੂੰ ਉੱਤੋਂ ਦੀ ਗਾਲਾਂ ਦੁੱਪੜੇ ਦੇਣ ਲੱਗ ਗਿਆ, ਨਾ ਕੱਪੜੇ ਲੈ ਕੇ ਲੈ ਮੇਰੇ ਤੂੰ ਬਣੇ ਉਹ ਕੁੜਤਾ ਚਾਦਰਾ ਲਿਆ, ਉਹ ਅਜੇ ਲੇਟ ਹੋ ਜਾਗੇ ਮਾੜੇ ਜਿਹਾ ਇੱਥੇ ਕਈ ਵਾਰ ਟੈਸਟ ਟੈਸਟ ਕਰਾਉਣੇ ਪੈਂਦੇ, ਜਾ ਪਾ ਲੈ ਪੁੱਤ, ਲੈ ਮਾਸੀ ਪਹਿਨਾਂਗੇ ਤੇਰੇ ਤੇ, ਆਹੋ ਅੰਦਰੀ ਪਾ ਲੈ, ਆਜਾ ਆਜਾ ਜਾ ਜਾ ਆਪੜਾ, ਤੰਗ ਨਾ ਕਰੀ ਤੇਰੇ ਬਾਈ ਨੂੰ ਬਾਲਾ, ਇਹ ਤਾਂ ਸੱਚੀ ਸਾਡੇ ਜਵਾਕਾਂ ਦੇ ਜੋੜਾਂ 'ਚ ਬੈਠਾ ਗਾ, ਜੋੜਾਂ 'ਚ ਨਹੀਂ ਬੈਠਾ, ਇਹੋ ਜਿਹੇ ਨੂੰ ਮੌਤ ਵੀ ਨਹੀਂ ਆਉਂਦੀ, ਹੁਣ ਦੇਖ ਹਾਂ ਕੰਨ 'ਚ ਟਾਂਟ ਪੈਣ ਲੱਗ ਗਈ, ਹਾਂ ਜਦੋਂ 15 ਲੱਖ ਖਪਾਇਆ ਸੀ ਉਦੋਂ ਨਹੀਂ ਪਤਾ ਲੱਗਿਆ ਇਹਨੂੰ, 15 ਲੱਖ ਕਿੱਥੇ ਖਪਾਤਾ ਇਹਨੇ, ਆ ਪੱਗ ਜੀ ਵੀ ਕੱਢ ਲਈ ਮੇਰੀ, ਤੂੰ ਵਿਆਹ ਚੱਲਿਆ ਅੱਜ, ਵਿਆਹ ਜਾਣਾ ਮਾਸੀ ਮੈਂ, ਅੱਛਾ ਚੱਲ ਟਾਈਮ ਨਾਲ ਹੁੰਦਾ ਮੁੰਡਾ ਮਸ਼ੀਨ ਤੇ, ਟਾਈਮ ਨਾਲ ਆ ਜੀ ਪੁੱਤ, ਪਹਿਲਾਂ ਤਾਂ ਉਹਦਾ ਰਿਸ਼ਤਾ ਹੋਇਆ ਸੀਗਾ ਇੱਥੇ ਸੇਖੂਆ ਸਭ, ਅੱਛਾ ਹਾਂ ਛੱਡਤੀ ਸੀ ਉਹਨੇ, ਲੱਛਣ ਮਾੜੇ ਸੀਗੇ, ਹੁਰਲੋ ਮਚਾ ਰੱਖਿਆ ਚੂਹਿਆਂ ਨੇ ਤਾਂ ਇੰਨੇ ਚੂਹੇ, ਉਹ ਪਰਾਲੀ ਤਾਂ ਮੈਨੂੰ ਐ ਤੇ ਮੈਂ ਸੁੱਕ ਜੂਗੀ, ਚੱਲ ਕੋਈ ਨਾ ਹੁਣ ਤਾਂ ਦਵਾਈ ਧਰਾਂਗੇ ਇੱਥੇ ਮਦਾਣੇ ਤੇ ਲਾ ਕੇ ਕਰਾਂਗੇ ਇਲਾਜ ਇਹਨਾਂ ਦਾ ਪੱਕਾ, ਆ ਜਾ ਚਾਹ ਲਿਆ, ਪਰਾਂ ਧਰਾਂ ਚਾਹ ਲਿਆ, ਭੈਣ ਦਾ ਫੜ ਕੇ ਤਾਂ ਹੀ ਚੱਲਦਾ ਰਹੂ ਕੰਮ, ਜਾ ਚਾਹ ਲਿਆ ਤੂੰ, ਹਾਂ ਲਿਆ ਚਾਹ, ਉਹ ਆਓ ਮਹਿੰਦਰਾ ਕਿੱਧਰ ਫਿਰਦਾ, ਵਧੀਆ ਵਧੀਆ, ਆ ਜਾ ਬਹਿ ਜਾ, ਪੁਣੀ ਜੀ ਭੈਣ ਦੇ ਨੇ ਹੁਣ ਪੱਟ ਲਈ, ਉਹ ਇਹ ਤਾਂ ਸਾਰਾ ਪਿੰਡੇ ਪੱਟਿਆ ਪਿਆ, ਹੋਰ ਅਸਾ ਮੈਂ ਕਿਹੜਾ ਦਾਰੂ ਪੀ ਫਿਰਦਾ ਦਿਨੀ, ਓਏ ਹੈਂ ਮੈਂ ਘਰੇ ਯਾਰ ਇਕੱਲਾ ਆ ਦੀ ਚਿੱਤ ਜਿਹਾ ਲਾਦਾ ਨੀ ਦੀ, ਮਹਾ ਚੱਲ ਦੋ ਪੈਗੇ ਲਾ ਲਈਏ, ਮਤਲਬ ਉਹ ਸਾਈਕਲ ਖੜਾ ਕੇ ਆਇਆ ਭੈਣ, ਉਹ ਕੋਠੇ ਤੇ ਭੋਲੇ ਗਿਆਲੇ ਤੇ, ਬਹੁਤ ਦੂਰੋਂ ਤੁਰ ਕੇ ਆਇਆ ਤੂੰ ਤਾਂ 4-5 ਕਿੱਲੇ ਤੁਰਿਆ, ਵਾਹਣ ਵਾਹੇ ਪਏ ਨੇ ਮਾਂ, ਸਾਡਾ ਸਾਈਕਲ ਨੀ ਰੋੜਿਆ ਜਾਣਾ, ਚੱਲ ਐਂ ਬਚਦਾ ਕਿ ਡਿੱਗ ਗਿਆ, ਸੱਟ ਵੀ ਨੀ ਵੱਜਦੀ, ਕਣਕਾਂ ਕੁਣਕਾਂ ਬੀਜੀਆਂ ਹੋਈਆਂ ਨੇ, ਪੋਲਾ ਵਾਹਣ ਹੈਗਾ, ਇਹ ਹੁਣ ਕਿਹੜੇ ਵੇਲੇ ਦੀ ਪੱਟ ਲਈ ਸਾਲਿਆਂ ਨੇ, ਉਹ ਇਹ ਤਾਂ ਪੁੱਛਣਾ ਤੂੰ, ਹੋਰ ਦੱਸ ਕਿਵੇਂ ਉਲਝਿਆ ਫਿਰਦਾ ਤੂੰ, ਨਾ ਨਾ ਉਲਝਾ ਦਾ ਕਾਹਨੂੰ ਹੋਇਆ, ਆਹ ਕੀ ਕਰੀ ਜਾਂਦੇ ਤੁਸੀਂ, ਉਹਦਾ ਚਾਰ ਰੱਗਾ ਕਰਿਆ, ਬੈੜੀਆਂ ਨੂੰ ਪਾਇਆ ਕਰਾਂਗੇ ਹੁਣ, ਮੱਸਾਂ ਨੂੰ ਪਾਇਆ ਕਰਾਂਗੇ, ਵਧੀਆ ਹਵਾ ਹਵਾ ਲਵਾਂਦੇ ਰਹੇ, ਹੋਰ ਠੀਕ ਆ ਕੰਮ, ਹੁਣ ਬੀਜਤੀ ਕਣਕ ਹੋਏ, ਕਣਕ ਕੁਣਕ ਬੀਜਤੀ ਵਿਹਲੇ ਹੋ ਗਏ ਜਮੀ, ਅੱਛਾ ਹੂੰ, ਮੈਨੂੰ ਵੀ ਦੱਸ ਦਿਆ ਕਰ ਕੋਈ ਕੰਮ ਧੰਦਾ, ਬਹੁਤ ਕੰਮ ਹੋਣਾ ਰਹੀ ਨਹੀਂ ਕੋਈ, ਕੰਮ ਥੋੜ੍ਹੀ ਨੇ, ਹੁਣ ਤਾਂ ਮਸ਼ੀਨੀ ਜੋਗਾ, ਮਿੰਟਾਂ ਸਕਿੰਟਾਂ 'ਚ ਕੰਮ ਹੋ ਜਾਂਦੇ ਨੇ, ਹੋਰ ਦੱਸ ਤੂੰ, ਠੀਕ ਆ ਭੈਣ ਦੀ, ਮਸ਼ੀਨਾਂ ਨੇ ਸਾਡੇ ਵਰਗੇ ਮਿਹਨਤੀ ਬੰਦਿਆਂ ਦੇ ਕੰਮ ਖੋਲੇ, ਹਾਂ ਖੈਰ ਜ਼ਿਆਦਾ ਮਿਹਨਤੀ ਤੇ ਤੁਸੀਂ ਤਾਂ, ਹੋਰ ਹੁਣ ਤਾਂ ਸਾਡੇ ਚੱਲਣ ਨੂੰ ਰਹਿ ਗਏ ਕਾਲੇ, ਹਾਂ ਦੱਸ ਗੱਲ ਮੈਨੂੰ ਸਹੀ ਸਹੀ ਦੱਸੀ ਦੇਖ, ਹੈਂ ਯਾਰ ਤੇਰੀ ਭਰੀ ਸੱਚੋ ਗਲਤ ਆ, ਕੌਣ ਕਹਿੰਦਾ ਹੈ, ਆ ਭੈਣ ਦੇ ਯਾਰ ਲੋਕ ਕਹਿੰਦੇ ਨੇ ਯਾਰ ਮੈਨੂੰ, ਯਾਰ ਤੂੰ ਲੋਕਾਂ ਮਗਰ ਕਿਉਂ ਲੱਗਦਾ ਮੈਂ ਇੱਧਰ ਸਿਆਣਾ ਬਣਤਾ ਤੂੰ ਯਾਰ, ਲੋਕ ਤਾਂ ਬਹੁਤ ਕੁਛ ਕਹਿੰਦੇ ਨੇ, ਮੈਂ ਤਾਂ ਸਿਆਣਾ ਯਾਰ ਜਣਾ ਖਣੀ ਕਹੀ ਜਾਂਦਾ ਭੈਣ ਦਾ, ਵੀ ਤੇਰੀ ਜਨਾਨੀ ਹੈ ਤੇਰੀ ਹੈ, ਪਹਿਲਾਂ ਸਾਲੇ ਇਕੱਲੇ ਬੰਦੇ ਕਹਿੰਦੇ ਸੀ, ਹੈਂ ਹੁਣ ਕੌਣ ਕਹਿੰਦਾ, ਤੂੰ ਤਾਂ ਬੁੜੀਆਂ ਵੀ ਕਹਿਣ ਲੱਗ ਗਈਆਂ, ਬੁੜੀਆਂ ਕੌਣ ਕਹਿੰਦੀਆਂ ਨੇ, ਆਹਾ ਤੂੰ ਤੇਰੀ ਮਾਂ ਕਹਿੰਦੀ, ਤੂੰ ਭਾਈ ਗੌਰ ਕਰ ਲੈ ਆਪਦੀ ਜਨਾਨੀ ਦੇ, ਤਾਂ ਜਿਹਾ ਧੂਤਾ ਗਾ ਹੋਈ ਦੀ ਮਾਂ ਕਿ ਤੂੰ ਤਾਂ ਉਹਦੇ ਮਗਰ ਊਈ ਲੱਗ ਗਿਆ, ਨਾਲੇ ਬੁੜੀਆਂ ਦਾ ਕੰਮ ਇਹੀ ਆ, ਤੂੰ ਸਿਆਣਾ ਬਣ, ਤੂੰ ਲੋਕਾਂ ਮਗਰ ਤਾਂ ਲੱਗ, ਚੰਗੇ ਜਵਾਕ ਨੇ ਤੇਰੇ, ਵਧੀਆ ਜਵਾਕ ਨੇ ਤੇਰੇ, ਉਹੀ ਤਾਂ ਮੈਂ ਕਹਿਣਾ ਯਾਰ ਵੀ ਵਧੀਆ, ਮੈਨੂੰ ਤਾਂ ਰੋਟੀ ਵੀ ਵਧੀਆ ਦਿੰਦੀ ਆ, ਹੱਸਦੀ ਖੇਡਦੀ ਆ ਮੇਰੇ ਨਾਲ ਘਰੇ, ਫਿਰ ਹੋਰ ਕੀ ਚਾਹੀਦਾ ਤੈਨੂੰ, ਫਿਰ ਲੋਕ ਐ ਕਿਉਂ ਕਹਿੰਦੇ ਨੇ ਯਾਰ, ਯਾਰ ਲੋਕਾਂ ਮਾਂ ਕਿਉਂ ਲੱਗਦਾ ਤੂੰ, ਮੈਂ ਕਾਹਦੇ ਦੇਖ ਤੈਨੂੰ ਪਤਾ, ਹਾਂ ਮੈਂ ਮੰਨਦਾ ਮੈਂ ਘੁੱਟ ਲਾ ਲੈਂਦਾ ਮੈਂ, ਪਰ ਮਾੜਾ ਨੀ ਆਪਾਂ ਕਿਸੇ ਦਾ ਕਰਦੇ, ਹੈਂ ਚੱਲ ਵਧੀਆ ਗੱਲ ਆ ਜੇ ਨਹੀਂ ਕਰਦਾ, ਦੇ ਲੋਕ ਫਿਰ ਮੈਨੂੰ ਐ ਵੀ ਤੂੰ ਬਈ ਗਲਤ ਹੈ ਤੇਰੀ ਜਨਾਨੀ, ਗਲਤ ਹੈ ਤੇਰੀ ਜਨਾਨੀ, ਤੂੰ ਮੈਨੂੰ ਸਹੀ ਗੱਲ ਦੱਸ, ਮੈਂ ਤਾਂ ਸਹੀ ਕਹਿਣਾ, ਕੋਈ ਗਲਤ ਨਹੀਂ ਹੈ ਜਨਾਨੀ, ਠੀਕ ਹੈ ਤੇਰੇ ਜਵਾਕ ਬਹੁਤ ਵਧੀਆ ਨੇ, ਉਹ ਲੰਘਦੇ ਨੇ ਮੈਂ ਦੇਖਦਾਗਾ, ਤੂੰ ਨਹੀਂ ਕਹਿੰਦਾ ਗੱਲਾਂ, ਬਾਕੀ ਸਾਰਾ ਪਿੰਡ ਕਹਿੰਦਾ, ਤੈਨੂੰ ਤਾਂ ਊਂ ਸ਼ੱਕ ਹੈਗਾ, ਮੈਨੂੰ ਲੱਗਦਾ ਤੂੰ ਵੀ ਭੈਣ ਦੀ ਲੋਕਾਂ ਵਾਂਗੂ ਸਵਾਦ ਲੈਂਦਾ, ਮੇਰੇ ਗਏ ਬਾਅਦ ਨਾਲੇ ਫਿਰ ਕਹੇਗਾ, ਉਹ ਨਹੀਂ ਹੈਗੇ ਮਨ ਵੀ ਲਿਆ ਕਰ, ਲੈਂਦਾ ਤੂੰ ਸਵਾਦ ਕਾਲੇ, ਨਹੀਂ ਕਹਿੰਦੇ ਲੈਣਾ ਤੂੰ ਸਵਾਦ, ਦੱਸ ਦੇ ਹਜੇ ਵੀ,
ਉਹ ਨਹੀਂ ਹੈਗੀ ਬਾਬਾ ਗੁਰੂ ਯਾਰ ਸਾਰਾ ਪਿੰਡ ਕਹਿੰਦਾ ਤੂੰ ਕਿਉਂ ਨਹੀਂ ਕਹਿੰਦਾ ਉਹ ਚੰਗਾ ਹੋਇਆ ਹੈਗੀ ਆ ਪਤਾ ਹੈਗੀ ਆ ਦਿਨੀ ਪੀ ਫਿਰਦਾ ਗਾ ਹੈਗੀ ਆ ਫਿਰ ਜਾ ਭੱਜ ਆ ਹੈਗੀ ਆ ਪਰ ਹੈਗੀ ਆ ਮੰਨਦਾ ਤਾਂ ਹੈ ਨਹੀਂ ਗੱਲ ਕਿਸੇ ਦੀ ਲੈ ਫਿਰ ਹੁਣ ਗੁੱਤ ਪੱਟੀ ਲੈ ਉਹਦੀ ਤੂੰ ਕਰ ਲੈ ਉਸ ਕਰਦਾ ਦਾ ਕਰੇਗਾ ਬਿਆ ਲੈ ਆ ਚਾਹ ਲੈ ਆ ਚਾਹ ਲੈਣ ਕਹਿਤੀਆ ਕਰ ਲੈ ਇਹਦਾ ਕੱਥੇ ਦਾਰੂ ਪੀ ਫਿਰਦਾ ਦਿਨੀ ਨਾ ਟਾਈਮ ਖਰਾਬ ਕਰ ਗਿਆ ਨਾ ਕੰਮ ਕਰ ਦਿੰਦਾ ਉਹ ਕਾਤ ਨਹੀਂ ਪਾਏ ਨਾ ਜਦ ਬਾਲਾ ਸੋਹਣਾ ਲੱਗਦਾਗਾ ਉਹ ਪਾਉਣ ਨਹੀਂ ਦਿੱਤੇ ਪਾਉਣ ਕਾਤ ਨਹੀਂ ਦਿੱਤੇ ਹੋਰ ਉਹ ਤਾਂ ਮੱਚਦਾ ਤੇਰੇ ਤੇ ਹੁਣ ਤਾਂ ਐ ਮੇਰੀ ਚੜਾਈ ਨਾ ਹੋ ਜੇ ਹੁਣ ਦੇਖ ਤੂੰ ਕੱਠ ਵੱਟ ਤੇ ਜਾਏਗਾ ਤੈਨੂੰ ਸਾਰੀ ਦੁਨੀਆ ਦੇਖੂਗੀ ਹੈ ਉਹਨੂੰ ਆਏ ਵੀ ਜੇ ਇਹਨੇ ਰੰਗ ਬਰੰਗੇ ਲੀੜੇ ਪਾ ਲੇ ਮੈਨੂੰ ਕੌਣ ਦੇਖੂਗਾ ਆਲਾ ਪਾਣੀ ਪੀ ਲਾ ਧਿਆਨ ਨਾਲ ਜਾਈ ਪੁੱਤ ਨਾਲੇ ਗੱਲ ਸੁਣ ਲਾ ਜੇ ਮੁੰਡੇ ਨੂੰ ਘੂਰਿਆ ਜੇ ਕੁਛ ਕਿਹਾ ਫਿਰ ਆਪ ਦਾ ਹਿਸਾਬ ਲਾ ਲਈ ਮੈਂ ਮੁੰਡੇ ਨੂੰ ਕੀ ਧਾਰ ਕਰਨੇ ਰੱਖ ਲਓ ਇੱਥੇ ਮੈਂ ਕੱਲੀ ਵਾਰ ਜਾਊਂਗਾ ਮੈਂ ਨਹੀਂ ਮੈਂ ਤਾਂ ਜਾਊਂਗਾ ਫੜੋ ਪਾਣੀ ਪੀ ਲਾ ਚੱਲ ਜੀ ਅੱਛਾ ਪੀ ਲਿਆ ਤੇ ਮੇਰੀ ਗੱਲ ਸੁਣ ਪੁੱਤ ਤੇਰੀ ਗੱਲਾਂ ਤੇ ਲੈ ਫੜ 10 ਰੁਪਏ ਲੈ ਜਾ ਕੁਲਚਾ ਕੁਲਚਾ ਖਾ ਲਈ ਚੰਗਾ ਰਾਹ ਚ ਜੇ ਕੁਛ ਕਹੇ ਤਾਂ ਮੈਨੂੰ ਦੱਸ ਦੀ ਬਾਈ ਦਾ ਹਰ ਤੇਰੀ ਤਬਾਹ ਖਾ ਰਿਹਾ ਮੈਂ ਕਦੋਂ ਦਾ ਚੁੱਪ ਚੁੱਪ ਭੁੱਲੀ ਜਾਂਦਾ ਯਾਰ ਜੀਜਾ ਹੋਰ ਤਾਂ ਹੀ ਨਾ ਮੈਂ ਬੋਲ ਗਿਆ ਉੱਚਾ ਮੇਰੀ ਗੱਲ ਸੁਣਾ ਪਹਿਲਾਂ ਉਹਨਾਂ ਦੇ ਘਰੇ ਮੈਂ ਵੜੂੰਗਾ ਕਿਹਦੇ ਘਰੇ ਭਾਬੀ ਕੇ ਤੇਥੋਂ ਤਿਲਕ ਜੂਗੀ ਉਹ ਨਹੀਂ ਭੈਣ ਦਾ ਟੰਬਾ ਮਰਾ ਓਏ ਵਿਆਹ ਮੈਂ ਹੋ ਕਿ ਤੂੰ ਵਿਆਹ ਹੋਇਆ ਓਏ ਐ ਨਹੀਂ ਵੜਜੀ ਫਿਰ ਤੇਥੋਂ ਇਗਨੋਰ ਕਰਦੀ ਐ ਤੈਨੂੰ ਹੁਣ ਉਹ ਆਖੂਗੀ ਆ ਗਿਆ ਮੇਰੇ ਮਾਂ ਘਰ ਪਹਿਲਾਂ ਮੈਂ ਮਾਹੌਲ ਦੇਖ ਕੇ ਉਹਨਾਂ ਦੇ ਅੰਦਰ ਚੋਰੀ ਹੋ ਫਿਰ ਤੈਨੂੰ ਲੈ ਕੇ ਜਾਊਂਗਾ ਬਾਹਰੇ ਖੜ ਜੀ ਬੰਦਾ ਆ ਜਾ ਬਸ ਨਾ ਗਜੂ ਸਹੀ ਗੱਲ ਤਾਂ ਹੋਈ ਜੀਜਾ ਦਾ ਬਾਕਿਆ ਸਰਬੀ ਪੁੱਤ ਸਰਬੀ ਹਾਂਜੀ ਮੰਮੀ ਉਰੇ ਆ ਪੁੱਤ ਹਾਂਜੀ ਆਪਣੀ ਬੈੜੀ ਸੌਣ ਵਾਲੀ ਹੈ ਉਹਦਾ ਧਿਆਨ ਰੱਖੀ ਪੁੱਤ ਜੇ ਲੋੜ ਪੈ ਜਾਏ ਨਾ ਤੇਰੇ ਚਾਚੇ ਨੂੰ ਬੁਲਾ ਲਈ ਚੰਗਾ ਠੀਕ ਹੈ ਮੰਮੀ ਪਰ ਤੁਸੀਂ ਕਿੱਥੇ ਚੱਲੇ ਹੋ ਮੈਂ ਪੁੱਤ ਕਿੱਟੀ ਪਾਰਟੀ ਤੇ ਚੱਲੀ ਹੈਗੀ ਉੱਥੇ ਮੀਟਿੰਗ ਆ ਸਾਡੀ ਤੇ ਟਾਈਮ ਨਾਲ ਫਿਰ ਵਾਪਸ ਆ ਜਿਓ ਨਾ ਪੁੱਤ ਮੈਨੂੰ ਨੇਰਾ ਹੋ ਜੂ ਮੈਂ ਚੱਲੇ ਹਾਂ ਗੁਰਦੇਵ ਸਰਪੰਚ ਨਾਲ ਕਿੱਥੇ ਜਾਣਾ ਹੈ ਮਾਨਸਾ ਇੰਨੀ ਦੂਰ ਹੋਰ ਆਪ ਹੀ ਲੈ ਕੇ ਜਾਊਗਾ ਤੇ ਆਪ ਹੀ ਲੈ ਕੇ ਆਊਗਾ ਮੈਨੂੰ ਚੱਲ ਦੇਖ ਲਿਓ ਫਿਰ ਟਾਈਮ ਨਾਲ ਆ ਜਿਓ ਹਾਂ ਪੁੱਤ ਕੋਈ ਨਹੀਂ ਨੇਰਾ ਸਵੇਰਾ ਹੋ ਗਿਆ ਤੂੰ ਫਿਕਰ ਨਾ ਕਰੀ ਪਰ ਤੂੰ ਬੈੜੀ ਵੀ ਨਹੀਂ ਜ਼ਰੂਰ ਨਿਗਾ ਰੱਖੀ ਕੋਈ ਨਹੀਂ ਮੈਂ ਰੱਖ ਲੂੰਗੀ ਪਰ ਫਿਰ ਵੀ ਤੁਸੀਂ ਇਕੱਲੀ ਆ ਮੈਂ ਤਾਂ ਟਾਈਮ ਨਾਲ ਆ ਜਿਓ ਰੋਜ਼ ਜਾਂਦੀ ਹਾਂ ਮੈਂ ਅੱਗੇ ਕਿਹੜਾ ਟਾਈਮ ਹੀ ਹੁੰਦਾ ਪੁੱਤ ਮੇਰਾ ਚੱਲ ਧਿਆਨ ਨਾਲ ਜਾਇਓ ਚੰਗਾ ਚੰਗਾ ਠੀਕ ਹੈ ਆਪਾਂ ਛੇਤੀ ਆਵਾਂਗੇ ਜੀਜਾ ਨਜ਼ਾਰਾ ਲੈ ਕੇ ਆਵਾਂਗੇ ਟੈਨਸ਼ਨ ਨਾ ਲਓ ਮੈਂ ਕਿਹੜਾ ਪਊਆ ਯਾਰ ਲਾਜ ਨਾਲ ਲਮਾ ਹੋਏ ਨਾ ਮੈਂ ਨੋਦ ਬਾਦੇ ਗਿਰੀਆਂ ਤੂੰ ਨਾ ਲਾਈ ਪਊਆ ਤੈਨੂੰ ਮੈਂ ਗਿਰੀਆਂ ਸਾਰਾ ਜਾ ਹੋ ਜਾਣਗੇ ਪਊਆ ਲਾਜ ਲਮਾ ਨਾ ਸ਼ਰਾਬੀ ਅਗਲੇ ਦੇ ਜਾਂਦੇ ਸੋਹਣੇ ਲੱਗਦੇ ਆਂਗੇ ਪਰੌਣੇ ਹੈਗੇ ਉਹਨਾਂ ਦੇ ਢਾਲੀ ਵਾਲ ਬਸ ਆਉਣ ਵਾਲੀ ਹੈ ਹਾਂ ਮੁਰੀ ਆਊਗੀ ਹੁਣੇ ਕਿ ਕਿੱਥੇ ਜਾਣਨੇ ਆਪਾਂ ਪੌਣੇ ਕੇ 10 ਆ ਜੀ ਪਹਿਲਾਂ ਕਿੱਥੇ ਜਾਵਾਂਗੇ ਆਪਾਂ ਪਹਿਲਾਂ ਸਨਾਮ ਚਾਵਾਂਗੇ ਹਾਂ ਸਨਾਮੋ ਫਿਰ ਬਸ ਦੇਖਾਂਗੇ ਮਾਰੀ ਮਾਰੀ ਨਿਗਾ ਬਸ ਆਉਂਦੀ ਹੈ ਟਰੱਕ ਆਉਂਦਾਗਾ ਬਸ ਤਾਂ ਨਹੀਂ ਆਉਂਦੀ ਟਰੱਕ ਆਉਂਦਾ ਉਹ ਦੇ ਟਰੱਕ ਆਉਂਦਾਗਾ ਹਾਂ ਪਹੁੰਚ ਜਾਂਦਾ ਬਸ ਕਹਾਂ ਗੱਲਾਂ ਕਰੀ ਕਿਸ ਕੋਲੇ ਵੀ ਕਿੱਥੇ ਗਏ ਤੇ ਨਾ ਹੈਂਗਾ ਪੁਲਚਾ ਖਵਾਉਂ ਤੈਨੂੰ ਮੈਂ ਰਾਹ ਚ ਪਲਾਂਡੇ ਖਵਾ ਦੇ ਜੀਜਾ ਪਹਿਲੀ ਲੱਗ ਜਾ ਖਰਕ ਤੈਨੂੰ ਮੈਂ ਕਹਿਮਾ ਤੁਰਕ ਸੁਨਾਮੋ ਕੁਲਚਾ ਖਵਾਉਂਗਾ ਵਧੀਆ ਇਥੋਂ ਇਮਲੀ ਪਾ ਕੇ ਹੋ ਆ ਗਈ ਬਸ PRTC ਆ ਗਈ ਹਾਂ ਆਸੀ ਪੀੜਾ ਹੋਏ ਆ ਗਈ ਧਾਰ ਕੱਢ ਲਿਆ ਜਾਂ ਜੱਕ ਕੇ ਧਾਰ ਕਾਰਡ ਆ ਉਹ ਸੱਚ ਉੱਥੇ ਤਾਂ ਬੁੜੀਆਂ ਨਾਲ ਚੱਲਦਾਗਾ ਚੱਲ ਧਾਰ ਕਾਰਡ ਚੱਲਦਾ ਅੜ ਜਾ ਹੁਣ ਅੜ ਜਾ ਭਈਆ 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 ਚੜ ਬੋਚ ਕੇ ਪਾ ਲਈ ਇੱਥੋਂ ਏ ਓਏ ਤੂੰ ਤੇ ਗੱਲ ਸੁਣ ਤੇ ਉਹ ਨਾ ਬੋਲ ਗਿਆ ਜਾਂ ਮਾਰੀ ਚੰਗਾ ਮਾਪੀ ਗੱਲ ਕਰ ਲੂ ਟਕਈ ਨਾਲ ਮੇਰੀ ਗੱਲ ਸੁਣ ਤੂੰ ਬਾਰੇ ਖੜ ਜਾ
ਪਹਿਲਾਂ ਮੈਂ ਸਿਆਣਾ ਦੇਖ ਕੇ ਬੰਦਰ ਬੰਦਾ ਕਿਉਂ ਮੈਂ ਬਾਰੇ ਕਿਉਂ ਕਰਾਂ ਪਹਿਲਾਂ ਮੈਨੂੰ ਦੇਖ ਕੇ ਹੁਣ ਦੇ ਜਮੀਨ ਕਰਾ ਦਿਮਾਗ ਮੋਟਾ ਸੋਰੀ ਜੀ ਮੇਰੀ ਗੱਲ ਤਾਂ ਸੁਣ ਕਿਤੇ ਤੈਨੂੰ ਦੇਖ ਕੇ ਅਗਲੀ ਪਹਿਲੀ ਤਿਲਕ ਜੇ ਵੀ ਤੂੰ ਕੀ ਕਰਨਾ ਰੌਲਾ ਪਾ ਲੇ ਮੈਂ ਬਹਾਨੇ ਨਾਲ ਪਹਿਲਾਂ ਮੈਂ ਦੇਖ ਕੇ ਆਉਣਾ ਚੋਰੀ ਨੂੰ ਜਦੋਂ ਇਕੱਲੀ ਹੋਈ ਮੈਂ ਤੈਨੂੰ ਦੱਸ ਦੂੰਗਾ ਤੂੰ ਆ ਜਾਈ ਅੰਦਰ ਜਿਹਦਾ ਤੂੰ ਕਹੀ ਜਿਹੀਆਂ ਗੱਲਾਂ ਕਰੀਏ ਨਾ ਅਗਲੀ ਕਿਤੇ ਕਹਦੇ ਯਾਰ ਵੀ ਕੌਣ ਕਿੱਧਰੋਂ ਆ ਗਏ ਤੁਸੀਂ ਐਵੇਂ ਰੌਲਾ ਪਾ ਕੀ ਪਤਾ ਹੁੰਦਾ ਯਾਰ ਚੱਲ ਮੈਨੂੰ ਬੁਲਾ ਲਈ ਫਿਰ ਵਧੀਆ ਨਹੀਂ ਲੱਗਦਾ ਮੈਂ ਸਹੁਰੇ ਦੇ ਗੇਟ 'ਚ ਬੈਠਾ ਇੱਥੇ ਬਈਆ ਤੂੰ ਰੌਲੇ ਵਾਲੀ ਗੱਲ ਹੈ ਹੈਂ ਤੂੰ ਉਰੇ ਬਹਿ ਜਾ ਉਹ ਇੱਧਰ ਦੀ ਮੈਂ ਤੈਨੂੰ ਇੱਥੋਂ ਬਾਥਰੂਮ ਕਰਨ ਆਉਂ ਆਇਆ ਉਦੋਂ ਦੱਸ ਦੂੰਗਾ ਚੰਗਾ ਇੱਥੇ ਬੈਠਾ ਰਹੀ ਆ ਜਾ ਪਹਿਲਾਂ ਮੈਂ ਜਾ ਕੇ ਆਉਣਾਗਾ ਚੰਗਾ ਆਹੋ ਕਰੇ ਦਾ ਕੋਈ ਨਹੀਂ ਆਉਣਾ ਤੂੰ ਤੇ ਕਰ ਭਾਬੀ ਸਤਿ ਸ੍ਰੀ ਅਕਾਲ ਤੂੰ ਕਿੱਧਰ ਠੀਕ ਹੋ ਜੀ ਮੈਂ ਤਾਂ ਠੀਕ ਹਾਂ ਤੂੰ ਦੱਸ ਠੀਕ ਹੈ ਜੀ ਮਿਲ ਤਾਂ ਲਓ ਜੀ ਇੰਨੇ ਟਾਈਮ ਬਾਅਦ ਮਿਲੇ ਹਾਂ ਜੀ ਹੁਣ ਤੇ ਸੁਧਰ ਜਾ ਪੈਰੀਂ ਹੱਥ ਲਾਇਆ ਕਰ ਭੈਣ ਹੈ ਤੇਰੀ ਵੱਡੀ ਮੈਂ ਚੱਲ ਬਹਿ ਜਾ ਜਮੀ ਬਦਲ ਗਈ ਜੀ ਤੁਸੀਂ ਤਾਂ ਪਾਣੀ ਪੀਏਗਾ ਨਾ ਜੀ ਕਿੱਧਰੋਂ ਆਇਆ ਅਸੀਂ ਤਾਂ ਵਿਆਹ ਆਏ ਹੋਏ ਸੀ ਜੀ ਇੱਥੇ ਤੁਹਾਡੇ ਪੈਲਸ ਚ ਰੋਡ ਤੇ ਤੇ ਉੱਥੇ ਮੁੰਡੇ ਕਹਿੰਦੇ ਵੀ ਅਸੀਂ ਇਹ ਪੱਤਲ ਦੇ ਕੇ ਆਉਣੀ ਉਹਨਾਂ ਦੀ ਦੀਦੀ ਰਹਿੰਦੀ ਹੈ ਜੀ ਇੱਥੇ ਅੱਛਾ ਤਾਂ ਮੇਰੀ ਭਾਬੀ ਰਹਿੰਦੀ ਆ ਮਹਾ ਮੋਨੂੰ ਮਿਲਿਆ ਵਾਂ ਮੈਂ ਤਾਂ ਜੀ ਤਰਸਿਆ ਪਿਆ ਸੀ ਤੁਹਾਨੂੰ ਮਿਲਣ ਗਣੀ ਹੋ ਚੱਲ ਬਹਿ ਜਾ ਦੋ ਮਿੰਟ ਪਾਣੀ ਲੈ ਕੇ ਆਉਂਦੀ ਹਾਂ ਕੋਈ ਨਾ ਬਹਿ ਜਾਓ ਜੀ ਇੱਥੇ ਕੋਈ ਨਾ ਪਾਣੀ ਤਾਂ ਰਹਿਣ ਦਿਓ ਜੀ ਮੈਂ ਤਾਂ ਬੱਤਾ ਪੀ ਕੇ ਆਇਆ ਪੈਲਸ ਚੋਂ ਇਕੱਲਾ ਹੀ ਆਇਆ ਸੀ ਹਾਂ ਜੀ ਮੈਂ ਵਿਆਹ ਤੇ ਆਇਆ ਸੀ ਜੀ ਤਾਂ ਕਰਕੇ ਤੇ ਤੇਰੀ ਭੈਣ ਜਿਜੇਰੀ ਉਹ ਜੀ ਉੱਥੇ ਨੇ ਜੀ ਉਹ ਤਾਂ ਤੁਹਾਨੂੰ ਜਮੀ ਨਹੀਂ ਯਾਦ ਕਰਦੇ ਜੀ ਮੈਂ ਹੀ ਰੋਣਾ ਰਹਿਣਾ ਮੈਨੂੰ ਕੁੱਟ ਦਿੰਦੇ ਨੇ ਜੀ ਵੀ ਤੂੰ ਕਿਉਂ ਯਾਦ ਕਰਦਾ ਅੱਛਾ ਹੁਣ ਤੈਨੂੰ ਯਾਦ ਆ ਗਈ ਮੇਰੀ 6 ਮਹੀਨੇ ਬਾਅਦ ਨਾ ਮੈਂ ਤਾਂ ਉਦੋਂ ਦੀ ਯਾਦ ਕਰਦਾ ਸੀ ਜੀ ਮੈਨੂੰ ਤਾਂ ਮੌਕਾ ਹੀ ਨਹੀਂ ਮਿਲਿਆ ਜੀ ਮਿਲਣ ਦਾ ਤੂੰ ਹੁਣ ਤਾਂ ਸੁਧਰ ਜਾ ਮੈਂ ਤਾਂ ਜੀ ਕਿੰਨੇ ਟਾਈਮ ਬਾਅਦ ਆਇਆ ਜੀ ਦੇਖੋ ਤੁਸੀਂ ਤਾਂ ਉਹੀ ਜੀ ਹੋ ਗਏ ਜੀ ਜਮੀ ਨਹੀਂ ਚੇਂਜ ਹੋਏ ਪਰ ਸਾਡੇ ਘਰ ਦਾ ਸਾਰਾ ਕੁਝ ਬਦਲ ਗਿਆ ਜੀ ਹੋਰ ਤੇਰਾ ਜੀਜਾ ਠੀਕ ਸੀ ਜੀਜਾ ਤਾਂ ਠੀਕ ਆ ਜੀ ਜੀਜਾ ਤਾਂ ਪੱਥਰ ਹੋ ਗਿਆ ਜੀ ਵਿਚਾਰਾ ਮੈਂ ਬਸ ਹੁਣ ਮੈਂ ਰੋਣਾ ਰਹਿਣਾ ਜੀ ਸਾਰਾ ਦਿਨ ਮੈਂ ਤਾਂ ਸੁਣਿਆ ਸੀ ਤੂੰ ਬਾਹਰ ਗਿਆ ਹੈ ਜੀ ਬਾਹਰ ਗਿਆ ਤੂੰ ਬਾਹਰੇ ਜੀ ਨਹੀਂ ਲੱਗਿਆ ਜੀ ਆ ਗਿਆ ਉੱਥੇ ਵੀ ਤੁਸੀਂ ਦਿਖੀ ਜਾਂਦੇ ਰਹਿੰਦੇ ਤੇ ਜੀ ਫਲੈਟ ਦੇ ਵਿੱਚ ਦੇਖਿਆ ਤੁਹਾਡੇ ਵਰਗਾ ਮੜੰਗਾ ਪੈ ਗਿਆ ਇੱਕ ਗੋਰੀ ਜੀ ਜਮਾਂ ਤੁਹਾਡੇ ਵਰਗੀ ਅੱਛਾ ਹਾਂ ਮੈਂ ਤਾਂ ਜੀ ਸੌਂ ਲੱਗੇ ਬਹੁਤ ਤੁਹਾਨੂੰ ਯਾਦ ਕਰਦਾ ਤੁਸੀਂ ਆ ਜਾਓ ਜੀ ਘਰੇ ਕੋਈ ਨਹੀਂ ਤੂੰ ਤੇ ਮੈਂ ਆਉਂਗੀ ਹੋਰ ਜੀ ਆ ਜਾਓ ਜੀ ਆ ਕੀ ਫਾਇਦਾ ਹੁੰਦਾ ਜੀ ਹਾਂ ਤੂੰ ਮੇਰਾ ਹੱਥ ਛੱਡ ਭਾਵੇਂ ਤੁਸੀਂ ਜੀ ਮੇਰੇ ਕਰਕੇ ਆ ਜਾਓ ਨਾ ਕਰਕੇ ਨਾ ਉਹ ਪਤਾ ਜੀ ਵੀ ਉਹ ਤੁਹਾਡੇ ਤੇ ਬਾਲਾ ਮਾੜਾ ਸੋਚਦੇ ਨੇ ਜੀਜਾ ਵੀ ਚਲੋ ਜੀ ਗਲਤ ਆ ਹਨਾ ਪਰ ਮੈਂ ਤਾਂ ਜੀ ਸੌਂ ਲੱਗੇ ਤੁਹਾਨੂੰ ਬਾਲਾ ਯਾਦ ਕਰਦਾ ਜੀ ਤੇਰੀ ਭੈਣ ਕਰਕੇ ਹੋਇਆ ਸਾਰਾ ਕੁਛ ਕੋਈ ਨਾ ਜੀ ਭੈਣ ਨੂੰ ਆਪਾਂ ਉਹ ਕਰ ਦਾਂਗੇ ਜੀ ਪਰ ਤੁਸੀਂ ਸਾਡੇ ਘਰੇ ਆ ਜਾਓ ਜੀ ਕੋਈ ਨਹੀਂ ਤੇਰੇ ਜੀਜੇ ਨੂੰ ਕਰਾਂਗੀ ਗੱਲ ਮੈਂ ਨਾ ਤੇਰੇ ਜੀਜੇ ਦਾ ਫੋਨ ਆਇਆ ਜੀਜਾ ਤਾਂ ਜੀ ਪੱਥਰ ਹੋ ਗਿਆ ਜੀਜੇ ਤਾਂ ਬੋਲਦੀ ਨਹੀਂ ਜੀ ਉਹ ਤਾਂ ਰੋਜ਼ ਬੋਤਲ ਲੱਗਦੀ ਆ ਜੀਜੇ ਦੇ ਤਾਂ ਜੀ ਕਿਉਂ ਕੀ ਹੋ ਗਿਆ ਉਦੋਂ ਬਾਅਦ ਤਾਂ ਵਿਚਾਰਾ ਬੋਲਣ ਹੀ ਹਟ ਗਿਆ ਜੀ ਕਿਹੜੇ ਹਸਪਤਾਲ 'ਚ ਹਸਪਤਾਲ 'ਚ ਤਾਂ ਡਾਕਟਰ ਨੇ ਜਵਾਬ ਦਿੱਤਾ ਸੀ ਜੀ ਸਾਰੇ ਕਹਿ ਕੇ 10 ਮਿੰਟ ਸਮਾਂ ਖਾਸਾ ਹੋ ਗਿਆ ਆਈ ਨਹੀਂ ਹੈਗਾ ਇਹਦੀ ਕੰਧ ਦੀ ਛੌਂ ਜੀ ਵੀ ਅੱਧੀ ਬੀਹੀ ਤੱਕ ਵੱਗ ਗਈ ਹੁਣ ਤਾਂ ਨਹੀਂ ਮੇਰੇ ਸਾਲ ਦਾ ਅੰਦਰ ਬੰਨ ਬੁੰਨ ਲਿਆ ਕਿਤੇ ਅਤੇ ਬੌਲੇ ਜੀ ਦਾ ਧੂਤਲਾ ਸਾਧਨ ਮਾਰ ਮਾਰ ਕੇ ਬਸ ਹੋਣਾ ਗਿਆ ਜੀ ਉੱਥੋਂ ਬਾਅਦ ਪਤਾ ਨਹੀਂ ਕੀ ਦਿਲ 'ਤੇ ਲੈ ਗਿਆ ਜੀ ਨਾ ਬੋਲਿਆ ਜੀ ਇੱਕ ਅੱਧੀ ਵਾਰੀ ਹੂੰ ਹਾਂ ਕਰਦਾ ਤੀ ਜੀ ਤਾਂ ਕਰਕੇ ਮੈਂ ਵੀ ਚੁੱਪ ਕਰ ਗਿਆ ਜੀ ਮੈਂ ਬੋਲਣੋਂ ਹਟ ਗਿਆ ਜੀ ਮੇਰੇ ਤਾਂ ਤੁਸੀਂ ਜ਼ਿਆਦਾ ਆਉਂਦੇ ਰਹਿੰਦੇ ਹੋ ਜੀ ਮੈਂ ਤਾਂ ਆਇਆ ਉਹ ਨਹੀਂ ਆ ਗਏ ਜੀ ਉਹਨਾਂ ਦਾ ਪਿਆਰ ਹੀ ਨਹੀਂ ਹੈਗਾ ਤੁਹਾਡੇ ਨਾਲ ਫਿਰ ਉਹਨਾਂ ਦਾ ਖਿਆਲ ਕੌਣ ਰੱਖਦੇ ਆ ਉਹ ਬਸ ਹੁਣ ਦਲੀਆ ਕਰਕੇ ਦੇ ਦਿੰਦੀ ਆ ਭੈਣ ਜੀ ਦੋ ਵਾਰੀ ਮੰਜੇ 'ਤੇ ਪਿਆ ਰਹਿੰਦਾ ਵਿਚਾਰਾ ਜੀ ਉਹ ਤਾਂ ਛੇਤੀ ਪੂਰਾ ਹੋ ਜੂਗਾ ਜੀ ਮੈਂ ਕਹਿੰਦਾ ਸੀਗਾ ਵੀ ਜਾਂਦੇ ਜਾਂਦੇ ਉਹਦਾ ਮੂੰਹ ਦੇਖ ਲੈਂਦੇ ਜੀ ਤੁਸੀਂ ਉਦੋਂ ਬਾਅਦ ਚਲੋ ਜੀ ਆਪਣਾ ਕੁਛ ਬਣ ਜਾਂਦਾ ਜੀ ਕੁਛ ਨਹੀਂ ਜੀ ਵੀ ਬਸ ਠੀਕ ਹੈ ਜੀ ਸਾਰਾ ਹੁਣ ਤੂੰ ਤਾਂ ਕਹਿੰਦਾ ਸੀ ਤੇਰਾ ਜੀਜਾ ਬਿਮਾਰ ਹੈ ਉਹ ਤਾਂ ਘੋੜੇ ਵਾਂਗੂ ਤੁਰ ਆਉਂਦਾ ਹਾਂ ਜੀ ਤੁਰਦਾ ਤਾਂ ਹੈਗਾ ਅੰਦਰੋਂ ਬਿਮਾਰ ਆ ਜੀ ਉਹ ਫੇਫੜੇ ਹੋ ਗਏ ਜੀ ਤੇਰੇ ਚਲੂਣੇ ਲੜਦੇ ਤੀ 10 ਮਿੰਟ ਬੈਠਿਆ ਨਹੀਂ ਗਿਆ ਉੱਥੋਂ ਬੈਠੀ ਬੀੜੀ ਵਾਲਾ ਅਸਲੀ ਕਾਲ ਤੁਸੀਂ ਕਿੱਥੇ ਰਹਿ ਗਏ ਸੀਗੇ ਮੈਨੂੰ ਤਾਂ ਮੇਰੇ ਸਾਲ ਦਾ ਨਾਲੀ ਦੇ ਬਿਠਾਇਆ ਹੋਏ ਅੱਧਾ ਘੰਟਾ ਹੋ ਗਿਆ ਉੱਥੇ ਨਾਲੀ ਦੇ ਬੈਠੇ ਨੂੰ ਬਾਰੇ ਕਹਿੰਦਾ ਉਰੇ ਬਹਿ ਜਾ ਤੂੰ ਮੈਨੇ ਗੱਲ ਕਰਕੇ ਆਉਣਾ ਹਾਂ ਫਿਰ ਗੱਲ ਦਾ ਕਰਦਾ ਤੀ ਬੈਠੋ ਤੁਸੀਂ ਇੱਧਰ ਹੋ ਨਾਲ ਜੁੜਿਆ ਬੈਠਿਆ ਤੂੰ ਹੋ ਇੱਧਰ
ਕਿਹੜੀ ਗੱਲ ਕਰਦਾ ਜੋ ਚਿੱਤੇ ਹੁੰਦਾ 10 ਮਿੰਟ ਇੰਨਾ ਕੁਝ ਬੋਲਦੀ ਆ ਕਿ ਰੁੱਸੀ ਬੈਠੀ ਹੈ ਤੇਰੇ ਨਾਲ ਇਹ ਹੁਣ ਬਾਲਾ ਨਾ ਬਲਾਈ ਇਹਨੂੰ ਐ ਨਾ ਕਹੀ ਵੀ ਮੈਂ ਕਰਦਾ ਫਲਾਣਾ ਅੱਛਾ ਹਾਂ ਸਮਝਾਈ ਜਾਂਦਾ ਦੀ ਮੈਂ ਤਾਂ ਮੇਰੀ ਗੱਲ ਕਰੀ ਦੀ ਕਰ ਤੇਰੀ ਤਾਂ ਕਰੀ ਜਾਂਦਾ ਦੀ ਤੇ ਤਾਂ 10 ਮਿੰਟ ਨਾਲ ਹੀ ਤੇ ਨਹੀਂ ਗਲਿਆ ਗਿਆ ਬੈਠਿਆ ਗਿਆ ਹੋਰ ਨਹੀਂ ਐ ਕਿਹਾ ਦੀ ਵਿਪਾਕ ਸਿੰਘ ਤੈਨੂੰ ਯਾਦ ਕਰ ਮੈਂ ਤਾਂ ਬੜਾ ਕੁਝ ਕਿਹਾ ਤਾਂ ਰੋਂਦੀ ਹੈਗੀ ਵਿਚਾਰੀ ਇਹਦਾ ਕਦੀ ਮੈਨੂੰ ਕੱਢ ਕੇ ਲੈ ਜੂ ਇੱਥੋਂ ਕਹਿੰਦੀ ਮੇਰੇ ਤਾਂ ਬੜੀ ਦੁਰਦਸ਼ਾ ਹੁੰਦੀ ਹੈ ਜੇ ਮੈਂ ਲੈ ਜਾਣਾ ਕੱਢ ਕੇ ਤੇਰੇ ਨਾਲ ਨਹੀਂ ਜਾਂਦੀ ਮੇਰੇ ਨਾਲ ਜਾਊਗੀ ਕਹਿਤਾ ਇਹਨੇ ਮੰਮੀ ਜੀ ਕਿੱਥੇ ਨੇ ਮੰਮੀ ਕਿੱਟੀ ਤੇ ਗਏ ਨੇ ਕੱਟੀ ਬਿਮਾਰ ਹੋ ਗਈ ਨਹੀਂ ਤੁਸੀਂ ਟ੍ਰੇ ਤੇ ਰਿਆਓ ਜੀ ਫਿਰ ਆ ਕੇ ਬਹਿ ਜਿਓ ਜੀ ਲੋੜਾ ਹੀ ਆ ਗਿਆ ਕੱਟੀ ਬਿਮਾਰ ਹੋ ਗਈ ਹੈ ਇਹ ਨਹੀਂ ਗੱਲਾਂ ਨਾ ਕਰੇ ਨਾ ਉਲਟ ਪਟਾਂ ਦੀ ਰਿਸ਼ਤੀ ਹੋਈ ਜਦ ਨਹੀਂ ਵਾਲੇ ਇਹ ਫਿਰ ਔਖਾ ਹੋ ਜੂ ਪਿਆਰ ਸ਼ਹਿਰ ਦੀ ਗੱਲ ਤਾਂ ਨਾ 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 ਕਰੀ ਨਾ ਕਰੀ ਮਸਾ ਮਨਾਈਏ ਮਸਾ ਮਨਾਈਏ ਨਾ ਕਰੀ ਉਹ ਠੀਕ ਠਾਕ ਹੋ ਜੀ ਹਾਂ ਜੀ ਮੈਂ ਤਾਂ ਠੀਕ ਹਾਂ ਤੁਸੀਂ ਦੱਸੋ ਕਹਿੰਦਾ ਸੀ ਗਰ ਨਿਕਲਿਆ ਮੂੰਹ ਤੇ ਹਾਂ ਇਹ ਧੂੜ ਮਿੱਟੀ ਕਰਕੇ ਅੱਛਾ ਦੇਖ ਲਓ ਮਾਂ ਤੁਸੀਂ ਤਾਂ ਜਮੀ ਯਾਦ ਨਹੀਂ ਕਰਿਆ 6 ਮਹੀਨੇ ਹੋ ਗਏ ਇਹ ਭਾਗ ਸੋ ਕਿਹੜੇ ਹਾਲਾਤ ਚ ਰਹਿੰਦਾ ਕਿਹੜੇ ਚ ਨਹੀਂ ਰਹਿੰਦਾ ਹੈ ਤੁਸੀਂ ਤਾਂ ਗੇੜੇ ਮਾਰ ਮਾਰ ਗਲੀਆਂ ਪੋਲੀਆਂ ਕਰਤੀਆਂ ਨੇ ਉਹ ਮੈਂ ਕਿੱਥੋਂ ਆ ਮਾਂ ਮੇਰੇ ਕੋਲ ਤਾਂ ਸਮਾਂ ਹੀ ਨਹੀਂ ਸੀਗਾ ਨਾ ਮੇਰੇ ਕੋਲ ਟੈਲੀਫੋਨ ਤੁਹਾਡਾ ਕੋਈ ਨਾ ਨੰਬਰ ਨਾ ਵਾਸਤਾ ਹੈ ਤੁਸੀਂ ਵੀ ਤਾਂ ਸ਼ਰੀਕਾ ਮਗਰ ਲਾ ਕੇ ਮੈਨੂੰ ਘਰੋਂ ਕੱਢਿਆ ਸੀ ਕਾਹਨੂੰ ਸ਼ਰੀਕਾ ਮਗਰ ਲੱਗਿਆ ਜੇ ਤੂੰ 15 ਲੱਖ ਦੀ ਗੱਲ ਕਰ ਰਹੀ ਤਾਂ ਦੌਣਾ ਗੜੀ ਜਾਂਦੀ ਇੱਧਰ ਕੀ ਹੁੰਦਾ ਤੈਨੂੰ ਵਿਚਾਲੇ ਬਹਿ ਜਾਣ ਦੇ ਦੌਣਾ ਕਰ ਗੜਦੀਆਂ ਨੇ ਉਧਰ ਭਾਪੀ ਹੁਣ ਦੱਸ ਮੈਂ ਕੀ ਗੱਲ ਕਰਾਂ ਵਿਚਾਲੇ ਦਾ ਬਹਿ ਗਿਆ ਤੂੰ ਹੋ ਕੇ ਇਹਦੀ ਆਦਤ ਤਾਂ ਨਹੀਂ ਸੁਧਰ ਨੋਰਮਲ ਗੱਲਾਂ ਕਰ ਤੈਨੂੰ ਕਹੀ ਤਾਂ ਜਾਂਦਾ ਨੋਰਮਲ ਤਾਂ ਗੱਲਾਂ ਕਰਦਾ ਹੋਰ ਕੀ ਕਰਦਾ ਆਪਾਂ ਚੱਲੀਏ ਹੁਣ ਬਾਲਾ ਟਾਈਮ ਹੋ ਗਿਆ ਬਗਾਨੇ ਘਰੇ ਆਏ ਆ ਸੋਹਣੇ ਨਹੀਂ ਲੱਗਦੇ ਨਾਲੇ ਕੱਲੀ ਕੁੜੀ ਆ ਵਿਚਾਰੀ ਕੀ ਸੋਚਣਗੇ ਲੋਕ ਚਾਹ ਪੀਓਗੇ ਤੁਸੀਂ ਕਿਹੜਾ ਬਗਾਨਾ ਘਰ ਮੇਰੇ ਸਹੁਰਿਆਂ ਦਾ ਘਰ ਹੈ ਮੇਰੀ ਬਹੂ ਹੈ ਬਗਾਨੀ ਕੁੜੀ ਹੋ ਗਈ ਹੈ ਹੈ ਸੋਹਣੇ ਨਹੀਂ ਲੱਗਦੇ ਦੂਸਣ ਲੱਗ ਜਾਣਗੇ ਮੈਂ ਤਾਂ ਇਹ ਕਹਿੰਦਾ ਸੀ ਐਂ ਉਹੀ ਦੂਸਣ ਲੱਗ ਜਾਣਗੇ ਮੈਂ ਸਹੁਰੇ ਦੇ ਘਰੇ ਆਇਆ ਆਪਣੀ ਬਹੂ ਨੂੰ ਮਿਲਣ ਵਾਸਤੇ ਹਾਏ ਭਾਗ ਸਿਆਂ ਮੰਮੀ ਜੀ ਆ ਗਏ ਹੈ ਕੋਈ ਲੋੜ ਨਹੀਂ ਮੇਰੇ ਪੈਰੀ ਹੱਥ ਲਾਉਣ ਦੀ ਸਤਿ ਸ੍ਰੀ ਅਕਾਲ ਮੰਮੀ ਜੀ ਬਣੇ ਸਤਿ ਸ੍ਰੀ ਅਕਾਲ ਦੇ ਕਿਹਨੂੰ ਪੁੱਛ ਕੇ ਆਏ ਹੋ ਮੇਰੇ ਸਹੁਰਿਆਂ ਦਾ ਘਰ ਹੈ ਜੀ ਮੈਂ ਆ ਸਕਦਾ ਜੀ ਨਾ ਅੱਜ ਸਹੁਰਿਆਂ ਦਾ ਘਰ ਦਿਸ ਗਿਆ ਉਦੋਂ ਤਾਂ ਸਹੁਰਿਆਂ ਦਾ ਘਰ ਨਹੀਂ ਦਿਸਿਆ 6 ਮਹੀਨੇ ਹੋ ਗਏ ਬੈਠੀ ਨੂੰ ਮੰਮੀ ਜੀ ਖਾਤਰ ਜੀ ਰੁੱਸੇ ਨਹੀਂ ਜੀ ਮੈਂ ਰਹਿਣ ਦੇ ਕੋਈ ਨਾ ਮੰਮੀ ਜੀ ਐ ਤਾਂ ਹੁੰਦੀ ਹੁੰਦਾ ਘਰ ਇਹ ਸਾਡਾ ਆਪ ਦਾ ਘਰ ਹੈਗਾ ਅਸੀਂ ਕਿਤੇ ਮਰਜੀ ਕੁਰਸੀ ਚੱਕੀ ਅਸੀਂ ਮੰਜੇ ਤੇ ਬੈਠ ਗਏ ਤੂੰ ਦੱਸ ਕੀ ਲੈਣਾਗਾ ਤੂੰ ਨਾ ਚਮਚਾ ਰੱਖਿਆ ਹੋਇਆ ਇਹਨੇ ਹੈ ਨਾਲੇ ਕਹਿੰਦੇ ਮੰਮੀ ਦੀ ਕਿੱਟੀ ਪਾਰਟੀ ਤੇ ਗਏ ਨੇ ਹੈ ਨਹੀਂ ਕਿੱਟੀ ਪਾਰਟੀ ਤੇ ਜਾਵਾਂ ਚਾਹੇ ਕਿਸੇ ਮਰਜ਼ੀ ਤੇ ਜਾਵਾਂ ਤੁਸੀਂ ਮੇਰੇ ਬਗੈਰ ਪੁੱਛਿਆ ਕਿ ਮੈਂ ਆ ਮੇਰੀ ਕੁੜੀ ਕੋਲੇ ਕੱਲੀ ਕੋਲੇ ਫੋਨ ਆਇਆ ਦੀ ਜੀ ਸਾਨੂੰ ਫੋਨ ਕਰਿਆ ਸੀ ਕਿਹਦਾ ਫੋਨ ਗਿਆ ਸੀ ਦੱਸ ਕਿਹਦਾ ਫੋਨ ਗਿਆ ਕਿਹਦਾ ਆਇਆ ਸੀ ਪਤਾ ਨਹੀਂ ਜੀ ਕਿਹਦਾ ਹੈ ਮੈਂ ਕਿਹਾ ਸਰਬੀ ਨੇ ਕਰਿਆ ਹੋਇਆ ਇਹਦਾ ਮੈਂ ਕਿਉਂ ਕਰਨਾ ਤੁਹਾਨੂੰ ਫੋਨ ਇਹ ਤਾਂ ਮੈਂ ਫੋਨ ਭੁੱਲ ਗਈ ਸੀ ਘਰੇ ਮੈਂ ਤਾਂ ਆ ਗਈ ਕੀ ਪਤਾ ਕੁੜੀ ਨਾਲ ਕੀ ਕਰਦੇ ਤੁਸੀਂ ਐ ਕਰਨ ਹੁਣ ਅਸੀਂ ਬੋਲੇ ਥੋੜਾ ਮੇਰੀ ਬਹੂ ਹੈ ਜੀ ਇਹ ਹਾਂ 6 ਮਹੀਨੇ ਤੋਂ ਤਾਂ ਪੁੱਛਿਆ ਨਹੀਂਗਾ ਦੇਖ ਬਹੂ ਹੈ ਜੀ 6 ਮਹੀਨੇ ਪਰ ਤੁਸੀਂ ਕਿਹੜਾ ਭਾਈ ਪੁੱਛ ਲੈ ਮੈਨੂੰ ਕੋਈ ਸੁਨੇਹਾ ਸੁਣਾ ਨਾ ਉਹ ਤਾਂ ਮੈਂ ਮਾਰ ਕੇ ਤੁਸੀਂ ਕੱਢਿਆ ਸੀਗਾ ਸਾਰੇ ਤੇ ਮਾਰ ਮਾਰ ਕੇ ਮੇਰੀ ਤੇ ਇਹਨੂੰ ਕੱਢੇਗਾ ਬਣੇ ਫਿਰਦੇ ਜਿਆਦੇ ਜਾਣਦੀ ਆ ਮੈਂ ਬਾਹਰ ਤੱਕੇ ਤੁਸੀਂ ਖਾਇਆ ਏ ਹਾਂ ਪਹਿਲਾਂ ਮੈਂ ਕਰੀ ਸੀ ਤਾਂ ਨਹੀਂ ਤੁਹਾਡੇ ਪੱਲੇ ਪਿਆ ਕੁਛ ਪੀ ਆਇਆ ਬਥੇਰਾ ਭਾਂਤ ਭਾਦਾ ਪਾਣੀ ਹੁਣ ਸਮੈਨੂ ਸਿਕਿਓ ਨਾ ਆ ਕੇ ਇੱਕ ਆਹ ਇਹ ਰੱਖ ਰੱਖੇ ਨਾਲ ਜਿਆਦੇ ਬਣਦਾਗਾ ਹੈ ਚਲੋ ਮੰਮੀ ਜੀ ਗੁੱਸਾ ਗਿੱਲਾ ਛੱਡੋ ਪਤਾ ਕੀ ਗੱਲ ਹੈ ਹੁਣ ਸਾਡੀ ਪਰਮਾਤਮਾ ਨੇ ਜੋੜੀ ਬਣਾਈ ਹੋਈ ਹੈ ਤੁਸੀਂ ਐ ਨਾ ਕਰੋ ਜੀ ਮੈਂ ਐਵੇਂ ਕੋਈ ਜੋੜੀ ਜੋੜੀ ਨਹੀਂ ਹਾਂ ਜੋੜੀ ਬਣਾਈ ਹੈ ਜੋੜੀ ਉਦੋਂ ਤਾਂ ਤੁਹਾਨੂੰ ਦਿਖੀ ਨਹੀਂ ਜਦੋਂ ਤੁਸੀਂ ਘਰੋਂ ਧੱਕੇ ਮਾਰ ਕੇ ਕੱਢੇ ਤੇਰੇ ਬੁੜੇ ਖੁੰਡ ਨਾਲ ਮੈਂ ਤਾਂ ਤੁਹਾਡੀ ਅੱਖਾਂ 'ਚ ਦੇਖ ਰਹੀ ਜੀ ਵੀ ਸਾਜਲੀ ਪਿੰਡ ਦਿਖੀ ਜਾਂਦਾ ਜੀ ਤੁਹਾਡੇ ਕੀ ਕਹਿੰਦੇ ਮਾਤਾ ਜੀ ਤੁਸੀਂ ਮੈਂ ਕਹਿੰਦੀ ਆ ਮੇਰੀ ਕੁੜੀ ਨੂੰ ਚੁੱਪ ਕਰ ਜਾਂਦੇ ਬੁੜੇ ਖੁੰਡ ਨਾਲ ਮੇਰੇ ਕੱਲ ਦੀ ਕੁੜੀ ਵਿਆਹ ਤੀ ਵੀ ਚੱਲ ਤੂੰ ਇੱਜ਼ਤ ਕਰੇਂਗਾ ਸਿਆਣਾ ਬੰਦਾਗਾ ਹੈ ਤੂੰ ਇਹਦੇ ਪਿਓਾਂ ਵਰਗਾ ਮੈਂ ਫਿਰ ਵੀ ਨਹੀਂ ਸੋਚਿਆ ਵੀ ਚੱਲ ਕੋਈ ਗੱਲ ਨਹੀਂ ਧੀ ਨੂੰ ਸੁੱਖ ਚਾਹੀਦਾ ਤੇ ਤੂੰ ਤੂੰ ਮੇਰੀ ਕੁੜੀ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਤੇ ਭੰਦੂ ਜਾਂ ਨਾਂ ਰੱਖ ਰੱਖਿਆ ਹੁਣ ਸ਼ਰੀਕਾਂ ਪਿੱਛੇ ਲੱਗ ਕੇ ਹਾਂ ਸ਼ਰੀਕਾਂ ਪਿੱਛੇ ਕਾਹਨੂੰ ਲੱਗਾ ਸੀ ਵਿੱਚ ਮੰਮੀ ਜੀ ਗੱਲ ਐ ਹੋ ਗਈ 15 ਲੱਖ ਰੁਪਏ ਦਾ ਘਰ ਦੇ ਵਿੱਚ ਗੜਬੜ ਹੋ ਗਈ 15 ਲੱਖ ਰੁਪਏ ਨਹੀਂ ਪਤਾ ਲੱਗਾ ਕਿੱਥੇ ਆ ਕਿੱਥੇ ਨਹੀਂ ਸਾਰਿਆਂ ਦਾ ਸ਼ੱਕ ਸਰਦੀ ਤੇ ਵੱਗ ਗਿਆ 15 ਲੱਖ ਵੀ ਸਾਥੋਂ ਪੁੱਛਦਾ ਆਪਦੇ ਘਰੇ ਪੁੱਛ ਕਿਉਂ ਸਰਬੀ ਦੱਸ 15 ਲੱਖ ਤਾਂ ਚੱਕੇ ਹਾਂ ਚੱਕਿਆ ਮੈਂ ਆ ਮੰਨ ਗਈ ਦੇਖ ਲੈ ਕੀ ਕਰਨਾ ਸੀ ਪੁੱਤ ਇਹਨਾਂ ਦੇ ਘਰੇ ਹੀ ਪਿਆ ਮੰਮੀ 15 ਲੱਖ ਲੈ ਬਸ ਤੁਹਾਡੇ ਘਰ ਹੀ ਅੱਗ ਲੱਗਦੀ ਆ ਉੱਥੇ ਹੀ ਫੂਕਤਾ ਇਹਨੇ ਸਾਡੇ ਘਰੇ ਕਿੱਥੇ ਦੇ ਪਿਆ ਹੈ ਕਿਉਂ ਦੱਸਾਂ ਪ੍ਰੀਤ ਚੱਕ ਚੱਕ ਸਾਰਾ ਕੁਝ ਆਪਦੇ ਪੇਕਿਆਂ ਨੂੰ ਦੇਈ ਜਾਂਦੀ ਸੀ ਲੈ ਦੇਖਿਆ ਉਹ ਉਹਦੇ ਪੇਕਿਆਂ ਨੂੰ ਕਮਾਉਂਦੀ ਸੀ ਇਹ ਸਾਮ ਕੇ ਆਈ ਹੈਗੀ ਇਹ ਦੋ ਸੈਣੀ ਨਹੀਂ ਮਿਲਦੀ ਤੁਹਾਨੂੰ ਕੋਈ ਚੱਲ ਮੰਮੀ ਜੀ ਐ ਹੁੰਦਾ ਪਤਾ ਕੀ ਗੱਲ ਹੈ ਘਰ 'ਚ ਦੋ ਭਾਂਡੇ ਹੁੰਦੇ ਨੇ ਖੜਕਦੀ ਹੁੰਦੇ ਨੇ ਆਪਦੇ ਆਪੇ ਠੀਕ ਹੋ ਜਾਣਗੇ ਜਦੋਂ ਨਿੱਕੇ ਨੇ ਹੋ ਗਏ ਦੋ ਭਾਂਡੇ ਸੀ ਉਹਨਾਂ ਨੇ ਧੱਕੇ ਕਿਉਂ ਮਾਰੇ ਤੁਸੀਂ ਇੱਕ ਵਾਰ ਮੈਨੂੰ ਪੁੱਛਣ ਤੱਕ ਨਹੀਂ ਦੇਖ ਭਾਗ ਸਿਆ ਰਾਜੀ ਰਹਿ ਗੁੱਸੇ ਰਹਿ
ਮੇਰੀ ਕੁੜੀ ਨਹੀਂ ਜਾਂਦੀ ਕਿ ਕਾਤੋਂ ਨਹੀਂ ਜਾਂਦੀ ਹੁਣ ਐ ਨਾ ਐ ਕਿਉਂ ਕਰਦੇ ਜਦੋਂ ਅਸੀਂ ਆਏਗੇ ਲੈਣ ਵਾਸਤੇ ਜੀ ਨਾ ਨਾ ਮੈਂ ਤਾਂ ਮੇਰੀ ਕੁੜੀ ਦਾ ਵਧੀਆ ਕਰੂੰਗੀ ਕਿਤੇ ਹੋਰ ਐ ਕਿਵੇਂ ਕਰੋਗੇ ਭਲਾ ਤੁਸੀਂ ਗੁਨਾਹ ਹੈ ਜੀ ਇਹ ਕੁੜੀ ਦੂਜੀ ਵਾਰ ਇਹਦਾ ਪਾਪ ਹੈ ਹੈ ਨਾ ਤੂੰ ਬਚੋਲਾ ਰੱਖਿਆ ਸਰ ਵੀ ਇਹਦਾ ਭਾਈ ਪਾਪ ਵਾਲੀ ਗੱਲ ਦੇਖ ਮੈਂ ਤੈਨੂੰ ਕਦੇ ਕੁਝ ਕਿਹਾ ਤੈਨੂੰ ਨੈਣਾ ਪ੍ਰਕਾਰ ਦੀ ਮੈਂ ਚੀਜ਼ਾਂ ਲਿਆ ਲਿਆ ਦਿੰਦਾ ਜੀ ਹੋਰ ਕਿੱਥੇ ਕਰੋਗੇ ਜੀ ਤੁਸੀਂ ਤੁਸੀਂ ਸ਼ਰੀਕਾਂ ਪਿੱਛੇ ਲੱਗ ਕੇ ਮੈਨੂੰ ਘਰੋਂ ਕੱਢਿਆ ਨਾ ਇੱਕ ਦਿਨ ਵੀ ਮੇਰੀ ਸਾਰ ਪੁੱਛੀ 6 ਮਹੀਨਿਆਂ ਤੋਂ ਮੈਂ ਬਿਮਾਰ ਆ ਮੈਨੂੰ ਕੁਝ ਹੋਇਆ ਹੈ ਕਿ ਨਹੀਂ ਹੋਇਆ ਮੈਂ ਤਾਂ ਆਪ ਬਿਮਾਰ ਆ ਮੇਰੀ ਗੱਲ ਸੁਣੋ ਕਿਤੇ ਮਰਜ਼ੀ ਕਰਕੇ ਤੂੰ ਦੱਸ ਕੀ ਲੈਣਾ ਹੈ ਬਾਹਰ ਘੁੰਮ ਕੇ ਆ ਗਏ ਹੋ ਸਾਰਾ ਟੱਬਰ ਗਏ ਸੀਗੇ ਹਾਂ ਦੀਦੀ ਭਾਬੀ ਮੇਰੀ ਗੱਲ ਸੁਣੋ ਇੱਕ ਮਿੰਟ ਮੇਰੀ ਗੱਲ ਸੁਣੋ ਜੀ ਸਾਡੇ ਘਰੇ ਨਾ ਜੀ ਬੜਾ ਕੁਝ ਹੋਇਆ ਪਿਆ ਮੇਰੀ ਭੈਣ ਬਿਮਾਰ ਹੈ ਜੀ ਅਸੀਂ ਤਾਂ ਕਿਹਾ ਸੀ ਵੀ ਜਾਂਦੇ ਜਾਂਦੇ ਉਹਨੂੰ ਦੇਖ ਜੂ ਜੀ ਵਿਚਾਰੀ ਗੱਲ ਸੁਣ ਬੇ ਬਿਮਾਰ ਹੈ ਤੇਰੀ ਭੈਣ ਭਾਵੇਂ ਦੀ ਮਰ ਜੇ ਅਸੀਂ ਤਾਂ ਮਕਾਨ ਵੀ ਨਹੀਂ ਜਾਂਦੇ ਉਹਦੇ ਹੀ ਜਦੋਂ ਕੋਈ ਮੇਰੀ ਧੀ ਨੂੰ ਨਹੀਂ ਪੁੱਛਦਾ ਮੈਨੂੰ ਪੁੱਛ ਕੇ ਦੇਖ ਮੇਰਾ ਕਾਲਜਾ ਫੜਦਾ ਫਿਰ ਹੁਣ ਮੰਮੀ ਜੀ ਕਿਵੇਂ ਕਰੀਏ ਭਲਾ ਫਿਰ ਆਪਾਂ ਹੁਣ ਮੇਰੀ ਗੱਲ ਸੁਣ ਲਓ ਇੱਕ ਸ਼ਰਤ ਆ ਮੇਰੀ ਜਾਂ ਤਾਂ ਉਸ ਘਰ ਦੇ ਵਿੱਚ ਉਹ ਰਹੂਗੀ ਜਾਂ ਮੇਰੀ ਧੀ ਐਂ ਭਲਾ ਕਿਵੇਂ ਹੋਊਗੀ ਜੀ ਗੱਲ ਉਹ ਮੇਰਾ ਜਵਾਕ ਹੈ ਜੀ ਜਵਾਕਾਂ ਵਾਂਗੂ ਉਹਦੀ ਚੱਕ ਚੱਕ ਪਾਲਿਆ ਹੋਇਆ ਮੈਂ ਤੇ ਧੱਕੇ ਮਾਰ ਕੇ ਵੀ ਉਹਨੇ ਹੀ ਕੱਢਿਆ ਉਹਦਾ ਫਰਜ਼ ਨਹੀਂ ਸੀ ਬਣਦਾ ਜਵਾਕ ਸੀ ਤਾਂ ਜਵਾਕਾਂ ਤਰ੍ਹਾਂ ਰਹਿੰਦਾ ਬਸ ਸਾਡਾ ਤਾਂ ਐਂਡ ਹੈ ਮੈਂ ਤੇਰੇ ਨਾਲ ਨਹੀਂ ਕੁੜੀ ਤੋਰਨੀ ਫਿਰ ਮੇਰੇ ਨਾਲ ਤੋਰ ਦੋ ਜੀ ਕੁੜੀ ਤਾਂ ਤੋਰ ਦੋ ਜੀ ਵਿਚਾਰੀ ਕਿਉਂ ਜਵਲੀਆਂ ਮਰੀ ਜਾਣਾ ਜੀਜਾ ਨੂੰ ਕਹ ਯਾਰ ਆਪਾਂ ਸਾਂਝੀ ਲੈ ਜਾਵਾਂਗੇ ਯਾਰ ਸਾਂਝੀ ਨੂੰ ਮੇਰਾ ਸਾਜਾ ਸਾਂਝੀ ਬਿੱਲੀ ਇਹ ਬਹੁਤ ਮੇਰੀ ਆ ਇਹ ਉਹ ਬਹੁਤ ਆ ਤੇਰੀ ਤੂੰ ਹਿਸਾਬ ਲਾ ਜੀ ਮੈਂ ਟਰੈਕਟਰ ਕਿਸੇ ਦਾ ਟਰਾਲੀ ਲੈ ਜਾਂਦਾ ਘਰੇ ਜਾ ਕੇ ਗੁੱਲਾ ਕੱਢ ਲਿਓ ਆਪਦਾ ਰੱਖ ਲਿਓ ਬੇ ਜਾਓ ਮੇਰੀ ਇੱਕ ਨਾਲੇ ਸ਼ਰਤ ਹੈ ਕਿਹੜੀ ਸ਼ਰਤ ਹੈ ਤੇਰੀ ਮੈਨੂੰ ਪ੍ਰੀਤ ਨਾ ਦਿਖੇ ਤੇ ਮੈਂ ਪ੍ਰੀਤ ਨੂੰ ਨਹੀਂ ਦਿਖਣਾ ਘਰ ਅੱਡੋ ਅੱਡ ਹੋਣਾ ਚਾਹੀਦਾ ਚੱਲ ਭਾਈ ਸੋਚ ਕੇ ਦੱਸ ਦਾਂਗੇ ਅਸੀਂ ਸਾਨੂੰ ਆ ਜਾਓ ਚੱਲੀਏ ਸੋਚ ਲਓ ਮੈਂ ਰਹਿ ਜਾਣਾ ਅੱਜ ਤੂੰ ਇੱਥੇ ਸਾਡਾ ਬੜੇ ਵੀ ਮੰਗੇ ਆ ਸੋਚ ਕੇ ਆ ਜੀ ਤੜਕੇ ਤੂੰ ਕੋਈ ਨਾ ਮੰਮੀ ਜੀ ਸੋਚ ਕੇ ਦੱਸ ਦਿਆਂ ਹਾਂਜੀ ਮੈਂ ਤੁਰਦਾ ਬਣ ਹੁਣ ਪਰ ਇੱਕ ਸਾਡੀ ਵੀ ਸ਼ਰਤ ਹੈ ਜੀ ਜਿੰਨਾ ਤੱਕ ਅਸੀਂ ਸੋਚ ਕੇ ਨਹੀਂ ਆਉਂਦੇ ਜੀ ਕੁੜੀ ਹੋਰ ਕਿਤੇ ਨਾ ਵਿਆਹ ਹੋਇਓ ਜੀ ਤੈਨੂੰ ਪੁੱਛ ਕੇ ਵਿਆਹਣੀ ਆ ਆ ਜਾ ਰਹਿ ਕਰਕੇ ਦੱਸ ਦੋ ਜਾਓ ਆ ਜਾ ਓਏ ਆ ਜਾ ਹੁਣ ਐ ਫਿਰ ਅਸੀਂ ਕੇਸ ਵੀ ਕਰ ਦਾਂਗੇ ਜੀ ਹੁਣ ਸਾਡੇ ਵੀ ਐਡਵੋਕੇਟ ਜਾਣਦੇ ਨੇ ਸਾਨੂੰ ਤੂੰ ਆ ਜਾ ਤੂੰ ਤੁਰਦਾ ਹੁੰਦਾ ਕਿ ਨਹੀਂ ਤੂੰ ਮੇਰੇ ਕੇਸ ਨੂੰ ਵੀ ਕਰਾ ਆ ਜਾ ਯਾਰ ਐ ਹੁਣ ਅੱਡ ਹੋਣਾ ਸੌਖਾ ਪਿਆ ਕਿਤੇ ਐ ਕਿਵੇਂ ਉਹ ਕਰ ਦੇਣਗੇ ਗੋਦੀ ਚੱਕ ਚੱਕ ਤੇ ਬਾਗ ਪਾਲਿਆ ਹੋਇਆ ਤੀਵੀਂ ਵਿੱਚ ਲੱਗਾ ਡੂੰਗਾ ਤੂੰ ਕਹੀ ਜਾਂਦਾ ਤੀ ਕੋ ਮੇਰੇ ਨਾਲ ਤੋਰ ਦਿੰਦੇ ਕੁੜੀ ਤੂੰ ਮੇਰਾ ਸਾਲਾ ਤੇ ਆਸ਼ਕਿਆ ਮਰੀ ਜੰਨੇ ਬੇਇੱਜ਼ਤੀ ਕਰਾ ਕੇ ਰੱਖ ਤੀ ਜਾਂਦੀ ਵਰ ਦੇਖ ਲਵਾਂ ਮੈਂ ਓਏ ਆ ਜਾ ਹੁਣ ਮੇਰਾ ਸਾਲਿਆ ਬੱਕਲੀਆਂ ਪਵਾ ਕੇ ਮੇਗਾ ਆ ਜਾ ਹੈ ਕੁੜੇ ਹਾਂ ਮਸੀ ਮੇਰਾ ਤਾਂ ਨਾ ਸਾਗ ਖਾਣ ਜੀ ਕਰਦਾ ਆ ਗੋਭੀ ਜੀ ਖਾ ਖਾ ਕੇ ਤਾਂ ਮੂੰਹ ਆਇਆ ਹੋਇਆ ਪਿਆ ਜੀ ਮੈਂ ਸਾਬਣ ਖਾਧੀ ਹੁੰਦੀ ਆ ਕੋਈ ਨਾ ਮਸੀ ਜੱਸੇ ਤੋਂ ਮੰਗਾ ਲੂੰਗੀ ਖੇਤ ਚੋਂ ਜਰ ਜਾਊਗਾ ਕਹੇ ਦੀ ਉਹਨੂੰ ਕੋਈ ਕੁੜੇ ਦਿਰਸ਼ੇਪਨ ਵਾਲਾ ਤੇ ਉਹ ਤੇਰੇ ਬਾਈ ਹੋਰ ਹੀ ਨਹੀਂ ਆਇਆ ਹਲੇ ਤੱਕ ਕੀ ਪਤਾ ਮਾਸੀ ਡਾਕਟਰ ਕੋਲ ਟਾਈਮ ਲੱਗ ਗਿਆ ਹੋਣਾ ਜ਼ਿਆਦਾ ਨਹੀਂ ਪੁੱਛ ਲਾ ਫੋਨ ਫਾਨ ਕਰਕੇ ਵੀ ਕਿਤੇ ਪ੍ਰੇਸ਼ਨ ਤਾਂ ਨਹੀਂ ਕਰਾਈ ਬੈਠੇ ਕੰਨ ਦਾ ਆਪਾਂ ਨਹੀਂ ਭਾਈ ਨੇੜੇ ਲੱਗਣਾ ਤੂੰ ਹੀ ਦਈ ਇਹਨੂੰ ਦਲਗਾ ਦੇਊਗਾ ਮਾਸੀ ਨਾ ਤਾਂ ਧੁੱਤੇ ਕੋਲ ਫੋਨ ਹੈ ਨਾ ਵੱਡਣ ਕੋਲ ਹੈ ਫੋਨ ਕਿਹਨੂੰ ਕਰਾਂ ਇਹ ਤਾਂ ਦੋਹੇ ਫੋਨ ਬਾਹਰੇ ਨੇ ਅਜੇ ਅੜ ਗਏ ਹੁਣ ਫਿਰ ਕਿਵੇਂ ਪਤਾ ਲੱਗੂ ਚੱਲ ਆਏ ਕਰ ਚਲ ਆਪ ਹੀ ਆ ਜਾਣਗੇ ਧੱਕੇ ਖਾਂਦੇ ਕਿਤੇ ਨਹੀਂ ਸੱਚ ਆਪਣੇ ਪਿੰਡ ਵਾਲੇ ਉਹਨਾਂ ਜਾਣਗੇ ਜੂਪੇ ਕਲਾਣੇ ਨੂੰ ਹਾਂ ਕੀ ਹੋ ਗਿਆ ਉਹਨਾਂ ਦਾ ਕੀ ਹੋਣਾ ਉਹਨਾਂ ਦੀ ਕਹਾਣੀ ਨਾ ਮੈਂ ਤੁਹਾਡੇ ਵਾਲੀ ਭਾਈ ਬਹੂ ਜੂਪੇ ਦੀ ਬਹੂ ਨਵੀਂ ਨਵੀਂ ਵਿਆਹੀ ਆਈ ਅੱਛਾ ਇਹ ਭਾਈ ਸੀਗੇ 5-7 ਭਰਾ ਅੱਛਾ ਬਾਕੀਆਂ ਦੇ ਕਿਹੜਾ ਵਿਆਹ ਹੋਇਆ ਪੰਜਾਂ ਦੇ ਹੈ ਇਹੀ ਇਕੱਲਾ ਵਿਆਹ ਹੋਇਆ ਸੀ ਸਾਡੇ ਸਾਡਾ ਦਾ ਟੱਬਰ ਵੱਜਦਾ ਸੀਗਾ ਅੱਛਾ ਇਹ ਭਾਈ ਇਹਨਾਂ ਨੂੰ ਕਿਸੇ ਨੇ ਲੋਭਣੂ ਨੇ ਇਹਨਾਂ ਦੇ ਵਿੱਚ ਪੈ ਕੇ ਸਾਕ ਕਰਾਤਾ ਜਦੋਂ ਭਾਈ ਸਾਕ ਕਰਾਤਾ ਤਾਂ ਤੀਵੀਂ ਸੀਗੀ ਸਿਆਣੀ ਅੱਛਾ ਉਹਨੇ ਚਾਰੇ ਕੰਨੀਆਂ ਬੋਚ ਕੇ ਰੱਖੀਆਂ ਉਹਨੇ ਆਪਦਾ ਕੋਈ ਦਿਓਰ ਜੇਠ ਨਹੀਂ ਵਿਆਹ ਸਾਰੀ ਜ਼ਮੀਨ ਉਹਨਾਂ ਨੂੰ ਵਧੀਆ ਰੋਟੀ ਪਾਣੀ ਪੁੱਛਣਾ ਨਹਾਤੇ ਧੋਤੇ ਤੜਕੇ ਨੂੰ ਵਧੀਆ ਹੁੰਦੇ ਸੀਗੇ ਉਹ ਉਹਨਾਂ ਦੇ ਕਦੇ ਮਾੜਾ ਲੀੜਾ ਪਾਇਆ ਨਹੀਂ ਦੇਖਿਆ ਸੀ ਜੂਪੇ ਕਲਾਣੇ ਵਾਲਿਆਂ ਦੇ ਬੁੜਿਆਂ ਦੇ ਅਤੇ ਉਹਨੇ ਤਾਂ ਵਧੀਆ ਸਾਂਭ ਕੇ ਰੱਖਿਆ ਅਤੇ ਦਿਓਰ ਜੇਠ ਨਾਲੇ ਤਾਂ ਉਹਨੇ ਬੰਦੇ ਨਹੀਂ ਹੱਥਾਂ ਜਾਣ ਦਿੱਤੇ ਨਹੀਂ ਨਾਲੇ ਉਹਨੇ ਜ਼ਮੀਨ ਨਹੀਂ ਹੱਥਾਂ ਜਾਣ ਦਿੱਤੀ ਮਾਸੀ ਫਿਰ ਤੂੰ ਮੈਨੂੰ ਕਿਉਂ ਸੁਣਾ ਰਹੀ ਹੈਗੀ ਮੈਂ ਤੈਨੂੰ ਤਾਂ ਸੁਣਾਉਣੀ ਆ ਮੈਂ ਤੈਨੂੰ ਦੱਸ ਕੇ ਸਕਦੀ ਹਾਂ ਵੀ ਕਹਾਣੀ ਤੁਹਾਡੇ ਘਰ ਨਾਲ ਮਿਲਦੀ ਤੁਹਾਡੇ ਵਾਲੇ ਕੋਲ ਵੀ ਹੁਣ ਸੀ 7 ਕਿੱਲੇ ਆ 7 ਕਿੱਲੇ ਤਾਂ ਸੀ ਹੋਏ ਹੈਗੇ ਮਾਸੀ ਇੱਕ ਤਾਂ ਵੇਚਦਾ 6 ਰਹਿ ਗਿਆ ਆਹੋ ਉਹਦੇ 15 ਲੱਖ ਭੂਏ 'ਚ ਵਾੜਤਾ ਐਂ ਕਰ ਆਹੋ ਜੇਠ ਨੂੰ ਜੱਤਲ ਕੁੱਤੇ ਜਿਹਨੂੰ ਮਾੜਾ ਜਿਹਾ ਹਿਸਾਬ ਨਾਲ ਬੋਲਿਆ ਕਰ ਮਿੱਠੀ ਪਿਆਰੀ ਹੋ ਕੇ ਰਹੇ ਉਹਦੇ ਨਾਲ ਮਾਸੀ ਤੈਨੂੰ ਨਹੀਂ ਪਤਾ ਉਹਦਾ ਉਹ ਤਾਂ 1 ਨੰਬਰ ਦਾ ਲੰਡਰ ਆ ਜੇ ਉਂਗਲੀ ਫੜੀ ਉਹਨੂੰ ਤਾਂ ਪਹੁੰਚਾ ਫੜਨ ਨੂੰ ਆਉਂਦਾ ਅੜਕੇ ਜੂਪੇ ਦੀ ਬਹੂ ਨੇ ਪਤਾ ਨਹੀਂ ਕਿਵੇਂ ਹਿਸਾਬ 'ਚ ਲਿਆਉਂਦੇ ਸਾਰੇ ਜੁੱਤੀ ਨਾਲ ਮੂਹਰੇ ਲਾਇਆ ਹੋਇਆ
ਮੈਨੂੰ ਤਾਂ ਪਤਾ ਨਹੀਂ ਕੀ ਕੁਛ ਕਰੇ ਇਹ। ਤੈਨੂੰ ਮੈਂ ਦੱਸ ਦੇ, ਜੂਪੇ ਦੀ ਬਹੂ ਨੇ ਜਵਾਕਾਂ ਦੇ ਭਾਈ ਮੂੰਹ ਨਾ ਮਿਲਣ ਇੱਕ ਦੂਜੇ ਨਾਲ। ਜਵਾਕਾਂ ਦੇ ਵਗ ਜਾ ਭਾਈ ਗਾਂ ਨੂੰ, ਹਾਏ ਨੀ ਤੇਰੇ ਬਾਈ ਹਰੀ ਕਰੇ। ਆਹੋ ਇਹਨਾਂ ਨੇ ਲੈਂਦਾ ਲੂਪੀ ਲਿਆ। ਜਵਾਕ ਤੂੰ ਤੇ ਲੱਭਦੇ ਫਿਰਦੇ ਆ ਕਹਿੰਦੇ ਗਾਣਾ ਸੁਣ। ਤੈਨੂੰ ਮੈਂ ਗੱਲ ਦੱਸਦੀ ਸੀ ਵੀ ਜੂਪੇ ਦੀ ਬਹੂ ਨੇ ਭਾਈ, ਲੋਕ ਤਾਂ ਕਹਿੰਦੇ ਵੀ ਜਵਾਕ ਵੀ ਤੇ ਆਉਣਾ ਚੇਠਾ ਲੈ ਕੇ ਨੂੰ, ਮੈਂ ਵੀ ਚੰਗੀ ਗੱਲ ਦੱਸਾਂ ਜਵਾਕਾਂ ਦੇ ਮੂੰਹ ਵੀ ਨਹੀਂ ਮਿਲਦੇ। ਮਾਸੀ ਤੂੰ ਕਿਹੜੀ ਦੀ ਗੱਲ ਕਰੀ ਜਾਂਦੀ ਆ, ਉਹ ਤਾਂ ਸਿਰੇ ਦੀ ਲੰਡਰ ਆ। ਉਹਦਾ ਕੀ ਆ? ਨਹੀਂ ਲੰਡਰ ਨਹੀਂ, ਆਹੀ ਤਾਂ ਥੋੜ੍ਹੇ 'ਚ ਗਲਤੀ ਆ ਹੁਣ ਦੀਆਂ ਤੀਵੀਆਂ 'ਚ। ਨਹੀਂ ਉਹ ਲੰਡਰ ਨਹੀਂ ਸੀ, ਉਹ ਸੀਗੀ ਕਬੀਰਦਾਰਨੀ। ਉਹਨੇ 7 ਕਿੱਲਿਆਂ ਤੋਂ ਹੁਣ ਗਾਂਹ ਜਿਹੜੇ ਮੁੰਡੇ ਉੱਠੇ ਆਪਦੇ ਨੂੰਹਾਂ ਤਾਂ ਅੱਡ ਉਹਦੇ ਦਿਓਰਾ ਜੇਠਾਂ ਨੂੰ ਬਾਪੂ ਜੀ ਕਰਦੀਆਂ ਹੈਂ, ਅਤੇ ਜੂਪੇ ਦੇ ਬਹੂ ਨੇ ਆਪ ਵਧਗਾ ਸਾਂਭੇ ਆਪਦੇ ਦਿਓਰ ਜੇਠ ਹੈਂ, ਅਤੇ ਸੀ ਸੱਤ ਹੋਏ ਗਾਂਹ ਮੁੰਡੇ ਜੂਪੇ ਦੀ ਬਹੂ ਦੇ, ਅਤੇ ਹੁਣ ਕਹਿੰਦੇ 30 ਕਿੱਲੇ ਇਕੱਠੇ ਬਣਾ ਲਏ ਮੁੰਡਿਆਂ ਨੇ, ਮੁੰਡੇ ਵੀ ਗਾਂਹ ਮਿਹਨਤ ਹੀ ਨਿਕਲੇ। ਮਾਸੀ ਤੂੰ ਕਿਹੜੀ ਦੀ ਗੱਲ ਕਰਦੀ ਆ, ਮੈਂ ਇਹਦੇ ਨਾਲ ਬੋਲਾਂ ਮਿੱਠਾ? ਤੂੰ ਦੇਖਿਆ ਨਹੀਂ ਤਾਂ ਹਾਲ ਕੀ ਆ, ਇਹ ਤਾਂ ਤੈਨੂੰ ਨਹੀਂ ਬਖਸ਼ਦਾ ਹੈਗਾ ਕੀ ਕੁਛ ਬੋਲਦਾ ਸਾਰਿਆਂ ਦੇ ਸਾਹਮਣੇ। ਭਾਈ ਉਹ ਬੰਦੇ ਚੰਗੇ ਸੀਗੇ, ਜੂਪੇ ਕੇ ਬੰਦੇ ਸਾਰੇ ਚੰਗੇ ਸੀ, ਇੱਜ਼ਤ ਪੱਖੋਂ ਵੀ ਚੰਗੇ ਸੀ, ਇਹ ਤਾਂ ਕੰਜਰ ਆ, ਸਾਰੇ ਪਿੰਡ ਤੋਂ ਲਾਂਭੇ ਲੈ ਕੇ ਆਉਂਦਾ। ਹਾਂ ਚਲ ਅਸੀਂ ਤਾਂ ਬਥੇਰਾ ਇਹਨੂੰ ਖਵਾ ਖਵਾ। ਮੈਂ ਤਾਂ ਤੈਨੂੰ ਤਾਂ ਗੱਲ ਸੁਣਾਈ ਸੀ ਵੀ ਜੂਪੇ ਦੀ ਬਹੂ ਨੇ ਆਏ ਬੰਦੇ ਵੱਸ 'ਚ ਕੀਤੇ, ਆਏ ਜ਼ਮੀਨ ਜਾਇਦਾਦ ਇਕੱਠੀ ਕਰ ਲਈ, ਮੈਂ ਤੈਨੂੰ ਤਾਂ ਕਹਿੰਦੀ ਸੀ। ਮੈਂ ਪਰ ਇਹਦਾ ਪਤਾ ਨਹੀਂ ਨਾ, ਮੈਂ ਤਾਂ ਜਿਸੇ ਨੇ ਬਥੇਰਾ ਕਰਕੇ ਦੇਖਿਆ ਲੋਟ ਆਉਂਦਾ, ਇਹ ਤਾਂ ਅੱਗੇ ਹੀ ਜਾਂਦਾ ਬਸ। ਚਲ ਆਪਾਂ ਕੀ ਲੈਣਾ, ਜੇ ਤਾਂ ਚੰਗਾ ਰਹੂਗਾ ਤਾਂ ਕੁਛ ਖੱਟ ਜੂਗਾ, ਨਹੀਂ ਤਾਂ ਭਾਈ ਤੁਸੀਂ ਵੀ ਢੂਹੇ ਤੇ ਲੱਤ ਮਾਰਾਂਗੇ ਕਿਸੇ ਦੇ ਨਾ, ਜੇ ਇਹਨੂੰ ਕੋਈ ਬਗਾਨੀ ਤੀ ਮੈਂ ਦੇਈ ਜਾਂਦੀ ਹਾਂ, ਹੋਰ ਕੀ ਆ ਦੱਸ। ਮੈਂ ਤਾਂ ਇਹ ਕਹਿੰਦੀ ਸੀ ਵੀ ਜੇ ਇਹਨੇ ਕੋਈ ਭਈਆ ਰਾਣੀ ਕੋਈ ਹੋਰ ਸਤਰੰਗੀ ਤੀ ਨਹੀਂ ਲਿਆਂਦੀ ਫਿਰ ਕੀ ਕਰੋਂਗੇ ਹੈਂ, 15 ਲੱਖ ਵੀ ਤਾਂ ਡੋਬ ਹੀ ਦਿੱਤਾ। ਹਜੇ ਤਾਂ 15 ਲੱਖ ਡੋਬਿਆ, ਜੇ 3 ਕਿੱਲੇ ਜ਼ਮੀਨ ਦੇ ਕਿਸੇ ਖੂਹ ਕਾਤੇ ਪਾ ਤੇ ਫਿਰ ਕੀ ਕਰੋਂਗੇ, ਸੋਚ ਲਓ ਸੋਚ ਲਓ। ਮੈਂ ਤਾਂ ਕਹਿੰਦੀ ਹਾਂ ਲੈ ਲਸਣ ਸਿੱਲਿਆ ਗਿਆ ਅਤੇ ਤੂੰ ਆ ਰਹਾ ਗੰਢਾ ਜਿਹਾ ਚੀਰ ਕੇ ਅੰਦਰ।